ਸੰਗਤ ਨੇ ਇਸ ਟਾਈਮ ਅੰਮ੍ਰਿਤਸਰ ਦੀਆਂ ਤੇ ਜੇ ਹੁਣ ਸੇਵਾ ਦੀ ਗੱਲ ਕਰੀਏ 550 ਸਾਲਾਂ ਵੀ ਸਰਕਾਰ ਵੱਲੋਂ ਬੜੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਅੱਜ ਦੇ ਦਿਹਾਨ ਤੇ ਕੀ ਕਹਿਣਾ ਚਾਹੋਗੇ ਉਧਰੋਂ ਕਰਤਾਰਪੁਰ ਦਾ ਲਾਂਘਾ ਵੀ ਖੁੱਲ ਚੁੱਕਾ ਦੋ ਖੁਸ਼ੀਆਂ ਮਿਲ ਰਹੀਆਂ ਵਾ 550 ਸਾਲਾਂ ਮਨਾਇਆ ਜਾ ਰਿਹਾ ਨਾਲ ਕਰਤਾਰਪੁਰ ਦਾ ਲਾਂਘਾ ਪਹਿਲੀ ਗੱਲ 550 ਸਾਲਾਂ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਪਰਮਾਤਮਾ ਨੇ ਮਿਹਰ ਸਦਕਾ ਅੱਜ ਸਮੁੱਚੇ ਜਗਤ ਦੇ ਉੱਤੇ ਸਮੁੱਚੀ ਮਾਨਵਤਾ ਮਨਾ ਰਹੀ ਹੈ ਚਾਹੇ ਕੋਈ ਕਿੱਥੇ ਵੀ ਬੈਠਾ ਹੈ ਚਾਹੇ ਦਿਨ ਹੈ ਚਾਹੇ ਰਾਤ ਆ ਹਰ ਜਗ੍ਹਾ ਤੇ ਹੋ ਰਿਹਾ ਵੱਡੇ ਵੱਡੇ ਗੁਰੂ ਘਰਾਂ ਦੇ ਚ ਗੁਰਪੁਰਬ ਮਨਾਏ ਜਾ ਰਹੇ ਸੋ ਇਹਦੀਆਂ ਪਹਿਲਾਂ ਤੇ ਬਹੁਤ ਬਹੁਤ ਵਧਾਈਆਂ ਸੋ ਪਰਮਾਤਮਾ ਨੇ ਮਿਹਰ ਕੀਤੀ ਹੈ ਕਿ ਅਸੀਂ ਇਸ ਸਮੇਂ ਦੇ ਵਿੱਚ ਹੈਗੇ ਹਾਂ 550 ਸਾਲਾਂ 'ਚ ਤੇ ਕਿਉਂਕਿ 500 'ਚ ਵੀ ਨਹੀਂ ਹੈਗੇ ਕਿ 600 'ਚ ਪਤਾ ਨਹੀਂ ਕੌਣ ਹੁੰਦਾ ਜਾਂ ਨਹੀਂ ਹੁੰਦਾ ਪਰ ਇਹ ਬੜੀ ਖੁਸ਼ੀ ਹੈ ਸਾਨੂੰ ਇਸ ਗੱਲ ਦੀ ਕਰਤਾਰਪੁਰ ਕੋਰੀਡੋਰ ਲਾਂਘਾ ਵੀ ਖੁੱਲ ਚੁੱਕਾ ਹੈਗਾ 550 ਸਾਲਾਂ ਮਨਾਇਆ ਜਾ ਰਿਹਾ ਤੇ ਬਾਬੇ ਨਾਨਕ ਨੇ ਰਾਹ ਵੀ ਖੋਲ ਦਿੱਤਾ ਹੋਵੇ ਬੜੀ ਖੁਸ਼ੀ ਦੀ ਗੱਲ ਹੈਗੀ ਕਿਹਨੇ ਕਹਿਣਾ ਬਹੁਤ ਵੱਡੀ ਗੱਲ ਹੈ ਦੇਖੋ ਉਹਦਾ ਸ਼ਾਂਤੀ ਦਾ ਰਸਤਾ ਖੁੱਲ੍ਹੇ ਆ ਅੱਜ ਹੁਣ ਮੰਗ ਉੱਠਣੀ ਸ਼ੁਰੂ ਹੋ ਗਈ ਜਿੱਦਾਂ ਸੀਐਮ ਸਾਹਿਬ ਨੇ ਵੀ ਹੁਣ ਕਿਹਾ ਕਿ ਨਨਕਾਣਾ ਸਾਹਿਬ ਦਾ ਰਸਤਾ ਖੁੱਲ੍ਹਣਾ ਚਾਹੀਦਾ ਉਧਰੋਂ ਵੀ ਸੰਗਤਾਂ 'ਚ ਮੰਗ ਉੱਠਣੀ ਸ਼ੁਰੂ ਹੋ ਗਈ ਉਹ ਚਾਹੁੰਦੇ ਕਿ ਅਸੀਂ ਵੀ ਦਿਦਾਰੇ ਕਰੀਏ ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਜਿੱਥੇ ਜਿੱਥੇ ਵੀ ਜਗ੍ਹਾ ਹੈ ਗੁਰੂ ਨਾਨਕ ਦੇਵ ਜੀ ਸਾਰਿਆਂ ਦੇ ਸਾਂਝੇ ਸੀ ਕੋਈ ਪੀਰ ਕਹਿੰਦੇ ਨੇ ਕੋਈ ਪੈਗੰਬਰ ਕਹਿੰਦੇ ਨੇ ਕੋਈ ਨਾਨਕ ਲਾਮਾ ਕਹਿੰਦੇ ਨੇ ਕਿਉਂਕਿ ਜਿੱਥੇ ਜਿੱਥੇ ਗਏ ਨੇ ਹਰ ਕੋਈ ਆਪਣੀ ਉਹ ਲੋਕ ਇਹਨਾਂ ਨੂੰ ਆਪਣੇ ਪੀਰ ਮੰਨਦੇ ਆ ਆਪਣੇ ਗੁਰੂ ਮੰਨਦੇ ਆ ਸੋ ਉਹ ਵੀ ਚਾਹੁੰਦੇ ਆ ਕਿ ਇੱਧਰ ਆ ਕੇ ਦਰਸ਼ਨ ਦਿਦਾਰੇ ਹੋਣ ਸੋ ਇਹ ਜਿਹੜੀ ਸਾਂਝੀ ਵਾਲਤਾ ਦਾ ਰਸਤਾ ਖੁੱਲ੍ਹਿਆ ਇਹਨੇ ਹੋਰ ਰਸਤੇ ਰੱਬ ਨੇ ਖੋਲ੍ਹਣੇ ਨੇ ਸ਼ਾਂਤੀ ਦਾ ਪੈਗਾਮ ਦੋਵਾਂ ਦੇਸ਼ਾਂ ਦੇ ਵਿੱਚ ਗਿਆ ਆ ਔਰ ਅਸੀਂ ਵੀ ਉੱਥੇ ਗਏ ਹਾਂ ਲੋਕਾਂ ਦੇ ਵਿੱਚ ਮੈਨੂੰ ਦੋਰ ਹੀ ਜਾਣ ਦਾ ਮੌਕਾ ਮਿਲਿਆ ਹੈ ਕਿਉਂਕਿ ਪਹਿਲਾਂ ਜਦੋਂ ਕਰਤਾਰਪੁਰ ਸਾਹਿਬ ਸ਼ੁਰੂ ਹੋਇਆ ਸੀ ਲਾਂਘਾ ਜਦੋਂ ਉਹਦਾ ਉਦਘਾਟਨ ਹੋਇਆ ਸੀ ਰਸਮੀ ਉਦਨ ਵੀ ਜਹਾਰਕੀ ਪੌੜੀ ਤੋਂ ਜਲ ਲੈ ਕੇ ਲਿਜਾਣ ਦਾ ਮੌਕਾ ਮਿਲਿਆ ਔਰ ਹੁਣ ਵੀ ਮੌਕਾ ਮਿਲਿਆ ਔਰ ਇਹ ਵੀ ਮੌਕਾ ਮਿਲਿਆ ਕਿ ਜਿਹੜੀ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਉਹਦੀ ਰਿਪੋਰਟ ਜਿਹੜੀ 17-18 ਦੀ ਜਦੋਂ ਇਹ ਗੱਲ ਸ਼ੁਰੂ ਹੋਈ ਉਸ ਤੋਂ ਪਹਿਲਾਂ ਦੀ ਉਹਦੇ 'ਚ ਵੀ ਗੱਲ ਰੱਖਣ ਦਾ ਮੌਕਾ ਤੁਹਾਡੇ ਸੇਵਾਦਾਰ ਨੂੰ ਅੰਮ੍ਰਿਤਸਰ ਤੋਂ ਮਿਲਿਆ ਔਰ ਉਹ ਵੀ ਗੱਲ ਰੱਖਿਆ ਜੋ ਦਰਜ ਹੈ ਉਹਦੇ ਵਿੱਚ ਲੀਗਲ ਡਾਕੂਮੈਂਟ ਜਾਏਗਾ ਸਰਕਾਰ ਕੋਲ ਉਹ ਵੀ ਹੈਗਾ ਸੋ ਸੱਚੇ ਪਾਤਸ਼ਾਹ ਨੇ ਜਿਹੜਾ ਸਾਂਝੀ ਵਾਲਤਾ ਦਾ ਰਾਹ ਖੁੱਲ੍ਹਿਆ ਹੈ ਹੁਣ ਦੇਖੋ ਨਾ ਚਾਰ ਚੁਫੇਰੇ ਮੰਗ ਚੁਕਾਉਣੀ ਸ਼ੁਰੂ ਹੋ ਗਈ ਔਰ ਜੇ ਸ਼ੁਰੂ ਹੋ ਜਾਂਦੀ ਦੋਵਾਂ ਦੇਸ਼ਾਂ 'ਚ ਸ਼ਾਂਤੀ ਹੋ ਜੇ ਦੋਵੇਂ ਦੇਸ਼ਾਂ ਦੀ ਪੌਣ ਪਾਣੀ ਸਾਡੇ ਪੰਜਾਬ ਦਾ ਇੰਨਾ ਵਧੀਆ ਪੰਜਾਬਾਂ ਦਾ ਧਰਤੀ ਇੰਨੀ ਵਧੀਆ ਪਾਣੀ ਇੰਨਾ ਮਿੱਠਾ ਔਰ ਮੌਸਮ ਬਹੁਤ ਸੋਹਣਾ ਲੋਕ ਮਿਹਨਤੀ ਜਿੱਥੇ ਵੀ ਗਏ ਦੁਨੀਆਂ ਦੇ ਝੰਡੇ ਕੱਢੇ ਨੇ ਅਤੇ ਜੇ ਸਾਨੂੰ ਇੱਥੇ ਮੌਕਾ ਮਿਲ ਜੇ ਅਸੀਂ ਲੜਾਈ ਨਾ ਹੋਵੇ ਸਾਡੇ ਵਿੱਚ ਝਗੜਾ ਨਾ ਹੋਵੇ ਮਾਵਾਂ ਦੇ ਪੁੱਤ ਬਾਰਡਰਾਂ 'ਤੇ ਨਾ ਮਰਨ ਪੜ੍ਹਾਈ ਵੱਲ ਧਿਆਨ ਦਈਏ ਚਿੰਤਾ ਕਰੀਏ ਆਉਣ ਵਾਲੀਆਂ ਪੀੜ੍ਹੀਆਂ ਦੀ ਅਤੇ ਮੇਰਾ ਖਿਆਲ ਆ ਅਸੀਂ ਬਹੁਤ ਵੱਡਾ ਰਾਜ ਕਰ ਸਕਦੇ ਦੁਨੀਆਂ ਦੇ ਉੱਤੇ ਦੇਖੋ ਪਹਾੜ ਹਿਮਾਲਿਆ ਦੇ ਉੱਤੇ ਕੁਛ ਨਹੀਂ ਹੈਗਾ ਪਰੇ ਰਸ਼ੀਆ ਚਾਈਨਾ ਉਹਨਾਂ ਕੋਲ ਜ਼ਮੀਨ ਹੀ ਨਹੀਂ ਹੈਗੀ ਚੱਜ ਦੀ ਫਸਲ ਹੀ ਨਹੀਂ ਚੰਗੀ ਹੁੰਦੀ ਜੇ ਪਾਕਿਸਤਾਨ ਤੋਂ ਲੰਘ ਜੋ ਸਾਰਾ ਹੀ ਰੇਗਿਸਤਾਨ ਹੈ ਅਗਲੇ ਬੰਨੇ ਅਫਗਾਨਿਸਤਾਨ ਤੋਂ ਗੇਟਾ ਜੋ ਸਾਰੀ ਰੇਤਾ ਹੀ ਰੇਤਾ ਅਰਬ ਕੰਟਰੀਆਂ 'ਚ ਉਹ ਸਾਰੇ ਲੋਕ ਬਾਹਰੋਂ ਸਬਜ਼ੀਆਂ ਬਾਹਰੋਂ ਖਾਣ ਕਿਉਂਕਿ ਖਾਣ ਪੀਣ ਤੋਂ ਬਗੈਰ ਤਾਂ ਤੁਸੀਂ ਗੁਜ਼ਾਰਾ ਨਹੀਂ ਕਰ ਸਕਦੇ ਉਹ ਸਾਰੇ ਬਾਹਰੋਂ ਲੈਂਦੇ ਨੇ ਅਤੇ ਅਸੀਂ ਕਿਉਂ ਨਹੀਂ ਦੇ ਸਕਦੇ ਸਾਡੇ ਲਾਗੇ ਨੇ ਹੁਣ ਰਸ਼ੀਆ ਇਹ ਸਾਊਥ ਅਮਰੀਕਾ ਤੋਂ ਸਬਜ਼ੀਆਂ ਮੰਗਾਉਂਦਾ ਹੁਣ ਦੇਖੋ ਉਹ 13 ਘੰਟੇ ਦੀ ਫਲਾਈਟ ਹੈ ਇੱਥੇ ਅਸੀਂ 3 ਘੰਟੇ ਦੀ ਫਲਾਈਟ 'ਤੇ ਬੈਠੇ 3 ਘੰਟੇ 'ਚ ਰਸ਼ੀਆ ਪਹੁੰਚ ਜਾਂਦੇ 3 ਸਾਢੇ 3 4 'ਚ ਮੈਕਸੀਮਮ ਪਹੁੰਚ ਜਾਂਗੇ ਅਲੱਗ ਅਲੱਗ ਜਗ੍ਹਾ 'ਤੇ ਸੋ ਅੱਜ ਜੇ ਰਸਤੇ ਦੀ ਇਹ ਗੱਲ ਹੋਰ ਨਹੀਂ ਸਾਂਝੇ ਰਸਤੇ ਦੀ ਗੱਲ ਖੁੱਲ੍ਹੀ ਉਹ ਰਸਤਾ ਇੱਕ ਨੀਂਹ ਪੱਥਰ ਰੱਖਿਆ ਗਿਆ ਮੈਨੂੰ ਲੱਗਦਾ ਕਿ ਇਸ ਖਿੱਤੇ ਦੇ ਵਿੱਚ ਸ਼ਾਂਤੀ ਆਊਗੀ ਔਰ ਦੋਵੇਂ ਸਰਕਾਰਾਂ ਸੋਚਣਗੀਆਂ ਭਾਰਤ ਸਰਕਾਰ ਵੀ ਸੋਚੂਗੀ ਔਰ ਪਾਕਿਸਤਾਨ ਸਰਕਾਰ ਵੀ ਇਹਦੇ ਲਈ ਸੋਚੂਗੀ ਔਰ ਦੋਵਾਂ ਸਰਕਾਰਾਂ ਦਾ ਇਸ ਲਈ ਧੰਨਵਾਦ ਆ ਨਰਿੰਦਰ ਮੋਦੀ ਜੀ ਦਾ ਵੀ ਇਮਰਾਨ ਖਾਨ ਦਾ ਵੀ ਜਿਨ੍ਹਾਂ ਨੇ ਇਹਨੂੰ ਨੇਪਰੇ ਚੜਾਇਆ ਇਸ ਕਾਰਜ ਨੂੰ ਧੰਨਵਾਦ ਸਾਹਿਬ ਬਿਲਕੁਲ ਜੀ ਕਿ ਸ਼ਾਂਤੀ ਦਾ ਪੈਗਾਮ ਜਿਹੜਾ ਕਿ ਇਹ ਦੋਵੇਂ ਸਰਕਾਰਾਂ ਲੈ ਕੇ ਆਈਆਂ ਹੈਗੀਆਂ ਵਾ ਅਤੇ ਜਿਵੇਂ ਵੀਰ ਜੀ ਨੇ ਕਿਹਾ ਕੇਵਲ ਕਰਤਾਰਪੁਰ ਕੋਰੀਡੋਰ ਤੱਕ ਨਹੀਂ ਗੱਲ ਹੋਊਗੀ ਜਿਵੇਂ ਅੱਜ ਸੀਐਮ ਨੇ ਇੱਥੋਂ ਅਨਾਊਂਸ ਕੀਤਾ ਸੀ ਕਿ ਸਾਨੂੰ ਨਨਕਾਣਾ ਸਾਹਿਬ ਦਾ ਵੀ ਰਸਤੇ ਬਾਰੇ ਗੱਲ ਕਰਨੀ ਪਊਗੀ ਆਉਣ ਵਾਲੇ ਸਮੇਂ ਦੇ ਵਿੱਚ ਦਰਸ਼ਨ ਦਿਦਾਰੇ ਨਨਕਾਣਾ ਸਾਹਿਬ ਦੇ ਵੀ ਹੋਣੇ ਚਾਹੀਦੇ ਹੈਗੇ ਆ ਇੱਕ ਵੱਡੀ ਮੰਗ ਇਸ ਸਟੇਜ ਤੋਂ ਉੱਠੀ ਹੈਗੀ ਆ ਵੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਪਹਿਲਕਦਮੀਆਂ ਦੋਵਾਂ ਸਰਕਾਰਾਂ ਨੇ ਕੀਤੀਆਂ ਸੀ ਅਤੇ ਅੱਜ ਉਹ ਲਾਂਘਾ ਖੁੱਲ੍ਹ ਚੁੱਕਾ ਕਰਤਾਰਪੁਰ ਦਾ ਇੱਕ ਸਾਂਝੀ ਵਾਲਤਾ ਦਾ ਵਿਦੇਸ਼ ਜਿਹੜਾ ਕਿ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤਾ ਗਿਆ ਸੀ ਅੱਜ ਦੋਵੇਂ ਮੁਲਕ ਇੱਕ ਦੂਜੇ ਦੇ ਨਾਲ ਰਸਤੇ ਖੋਲ੍ਹ ਰਹੇ ਹੈਗੇ ਆ ਵੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਹੋਰ ਉਦਮ ਉਪਰਾਲੇ ਕਰਦੀਆਂ ਵਾ ਨਨਕਾਣਾ ਸਾਹਿਬ ਦੇ ਰਸਤੇ ਖੋਲ੍ਹਣ ਵਾਸਤੇ ਪੰਜਾਬ ਸਰਕਾਰ ਵੱਲੋਂ ਸਟੇਜ ਦਾ ਜਿਹੜਾ ਕਿ ਪ੍ਰਬੰਧ ਕੀਤਾ ਗਿਆ ਸੀ ਸੁਚਾਰੂ ਢੰਗ ਨਾਲ ਨਿਭਾਇਆ ਗਿਆ ਅਤੇ ਦੂਜੇ ਪਾਸੇ ਗੱਲ ਕਰੀਏ ਤਾਂ ਇੱਕ ਵੱਡੀ ਅਨਾਊਂਸਮੈਂਟ ਹੋਈ ਆ ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਦੇ ਵਿੱਚ ਨਨਕਾਣਾ ਸਾਹਿਬ ਦੇ ਲਾਂਘਾ ਖੋਲ੍ਹਣ ਵਾਸਤੇ 550 ਸਾਲਾਂ ਦੀਆਂ ਜਿੱਥੇ ਗੁਰਪੁਰਬ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹੈਗੀਆਂ ਵਾ ਉੱਥੇ ਬਾਰਡਰ ਖੋਲ੍ਹਣ ਦੀਆਂ ਵੀ ਗੱਲਾਂ ਚੱਲ ਪਈਆਂ ਵਾ ਦੋਵਾਂ ਸਰਕਾਰਾਂ ਵੱਲੋਂ ਪਹਿਲਕਦਮੀਆਂ ਹੋਣੀਆਂ ਚਾਲੂ ਹੋ ਚੁੱਕੀਆਂ ਅਤੇ 9 ਤਰੀਕ ਨੂੰ ਲਾਂਘਾ ਵੀ ਖੁੱਲ੍ਹ ਚੁੱਕਾ ਹੈਗਾ ਵਾ ਆਉਣ ਵਾਲੇ ਸਮੇਂ 'ਚ ਵੇਖਦੇ ਹਾਂ ਨਨਕਾਣਾ ਸਾਹਿਬ ਦੀ ਵੀ ਇਸ ਪਵਿੱਤਰ ਧਰਤੀ ਤੋਂ ਆਵਾਜ਼ ਉੱਠ ਚੁੱਕੀ ਆ ਕੈਪਟਨ ਅਮਰਿੰਦਰ ਸਿੰਘ ਨੇ ਸਪੀਚ ਕੀਤੀ ਸੀ ਸਪੀਚ ਦੇ ਵਿੱਚ ਕਿਹਾ ਸੀ ਕਿ ਜੇ ਕਰਤਾਰਪੁਰ ਦਾ ਲਾਂਘਾ ਖੁੱਲ੍ਹ ਸਕਦਾ ਤਾਂ ਨਨਕਾਣਾ ਸਾਹਿਬ ਦੇ ਦਰਸ਼ਨਾਂ ਵਾਸਤੇ ਵੀ ਸਿੱਖ ਸੰਗਤ ਨੂੰ ਜ਼ਰੂਰ ਲਾਂਘਾ ਖੋਲ੍ਹਣਾ ਚਾਹੀਦਾ ਹੈਗਾ ਵਾ ਉਹ ਪਾਕਿਸਤਾਨ ਸਰਕਾਰ ਨੇ ਆਵਾਜ਼ ਤਾਂ ਸੁਣੀ ਹੋਊਗੀ ਵੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਦੋਵੇਂ ਸਰਕਾਰਾਂ ਕੀ ਰੋਲ ਨਿਭਾਉਂਦੀਆਂ ਅਤੇ ਜੇ ਇਸ ਸਟੇਜ ਦੀ ਗੱਲ ਕਰੀਏ ਜੇ ਇਸ ਪ੍ਰੋਗਰਾਮ ਦੀ ਗੱਲ
ਸਿਸਟਮ ਤੁਹਾਨੂੰ ਅਕਾਲ ਚੈਨਲ ਦੇ ਮਾਧਿਅਮ ਰਾਹੀਂ ਦੁਨੀਆ ਭਰ 'ਚ ਦੇਖਿਆ ਜਾ ਰਿਹਾ? ਸਭ ਤੋਂ ਪਹਿਲਾਂ ਮੈਂ ਸਾਰੀ ਸਾਧ ਸੰਗਤ ਜਿਹੜੀ ਸਮੂਹ ਬਾਹਰ ਦੇਸ਼ਾਂ ਬਾਹਰਲੇ ਦੇਸ਼ਾਂ ਦੇ ਵਿੱਚ ਆਪਣੇ ਦੇਸ਼ 'ਚ ਸੂਬੇ 'ਚ ਉਹਨਾਂ ਨੂੰ ਲੱਖ ਲੱਖ ਵਧਾਈ ਅੱਜ ਦੇ ਇਸ 550 ਸਾਲਾ ਸ਼ਤਾਬਦੀ ਦੀ। ਔਰ ਇਹ ਬਹੁਤ ਵਧੀਆ ਤਰੀਕੇ ਨਾਲ ਪਰਮਾਤਮਾ ਨੇ ਕਿਰਪਾ ਕੀਤੀ ਹੈ ਵੀ ਜਿਹੜੀ ਲੱਖਾਂ ਸੰਗਤ ਰੋਜ਼ ਦੀ ਇੱਥੇ ਆਈ ਔਰ ਤਕਲੀਫ ਉਹਨਾਂ ਨੂੰ ਕੋਈ ਕੋਸ਼ਿਸ਼ ਕੀਤੀ ਹੈ ਵੀ ਕੋਈ ਨਾ ਹੋਵੇ। ਔਰ ਹਜੇ ਵੀ ਤੁਸੀਂ ਦੇਖਿਆ ਵੀ ਬਹੁਤ ਸੰਗਤ ਆ ਰਹੀ ਹੈ ਔਰ ਸਾਰਿਆਂ ਨੂੰ ਇੱਥੇ ਇੱਕ ਇੱਕ ਕਦਮ ਉਹਨਾਂ ਦਾ ਚੱਲ ਕੇ ਆਇਆ ਸਿਰ ਮੱਥੇ 'ਤੇ ਸਾਡੇ। ਔਰ ਮਾਣਯੋਗ ਰਾਸ਼ਟਰਪਤੀ ਜੀ ਅੱਜ ਆਏ ਆ, ਰਾਮਨਾਥ ਕੋਵਿੰਦ ਜੀ, ਉਹਨਾਂ ਦੇ ਧਰਮ ਪਤਨੀ ਫਸਟ ਲੇਡੀ ਜਿਹੜੇ, ਔਰ ਗਵਰਨਰ ਸਾਹਿਬ ਆਏ, ਮੁੱਖ ਮੰਤਰੀ ਸਾਡੇ ਮਾਣਯੋਗ ਕੈਪਟਨ ਅਮਰਿੰਦਰ ਸਿੰਘ ਜੀ, ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਸੀ ਇਸ ਪ੍ਰੋਗਰਾਮ 'ਚ, ਇਸ ਸ਼ਤਾਬਦੀ 'ਚ। ਔਰ ਰਾਜਸਥਾਨ ਦੇ CM ਸਾਹਿਬ ਔਰ ਸਾਰੀ ਮਿਨਿਸਟਰੀ, ਸਾਰੇ MLA, ਸਾਰੇ ਸੰਤ ਸਮਾਜ ਖਾਸ ਕਰਕੇ, ਜਿਨ੍ਹਾਂ ਨੇ ਉੱਦਣ ਵੀ ਕਾਫੀ ਵੱਡਾ ਯੋਗਦਾਨ ਪਾਇਆ ਔਰ ਅੱਜ ਵੀ ਆਸ਼ੀਰਵਾਦ ਦਿੱਤਾ ਗੁਰੂ ਸਾਹਿਬ ਦੀ ਕਿਰਪਾ ਨਾਲ, ਸੰਗਤ ਦਾ ਵੀ ਬਹੁਤ ਵੱਡਾ ਆਸ਼ੀਰਵਾਦ ਰਿਹਾ ਔਰ ਖੁਸ਼ੀਆਂ ਲੋਕਾਂ ਪ੍ਰਾਪਤ ਕਰਕੇ ਜਾ ਰਹੇ ਆ। ਕੁਛ ਜਿਹੜੇ ਇੱਥੇ ਹਜੇ 2 ਦਿਨ ਚੱਲੇ, 3 ਦਿਨ ਚੱਲੇ, ਉਹਨਾਂ ਦੀ ਸੇਵਾ 'ਚ ਹਾਜ਼ਰ ਹਾਂ। ਚੀਮਾ ਸਾਹਿਬ, ਦੂਜੇ ਪਾਸੇ ਆਪਾਂ ਗੱਲ ਕਰੀਏ ਤਾਂ ਕੋਰੀਡੋਰ ਖੁੱਲ੍ਹ ਚੁੱਕਾ ਹੈ ਕਰਤਾਰਪੁਰ, ਬੜੇ ਲੰਬੇ ਸਮੇਂ ਦੀ ਮੰਗ ਸੀ, ਅਰਦਾਸ ਬੇਨਤੀਆਂ ਉੱਥੇ ਹਰ ਮਹੀਨੇ ਹੁੰਦੀਆਂ ਸੀ, ਉਹ ਕੋਰੀਡੋਰ ਖੁੱਲ੍ਹ ਚੁੱਕਾ ਅਤੇ ਅੱਜ ਇੱਕ ਵੱਡੀ ਆਵਾਜ਼ ਸਟੇਜ ਤੋਂ ਉੱਠੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਉਹ ਲਾਂਘਾ ਖੁੱਲ੍ਹ ਸਕਦਾ ਤਾਂ ਸਾਨੂੰ ਨਨਕਾਣਾ ਸਾਹਿਬ ਬਾਰੇ ਵੀ ਸੋਚਣਾ ਚਾਹੀਦਾ, ਦੋਵਾਂ ਸਰਕਾਰਾਂ ਨੂੰ ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਇਹ ਤਾਂ ਪਰਮਾਤਮਾ ਨੇ ਵੇਖੋ ਗੁਰੂ ਸਾਹਿਬ ਦੇ ਦਿਨ ਆਉਣਾ ਸੀ ਔਰ ਸਮੱਤ ਜਿਹੜੀ ਬਖਸ਼ਣੀ ਸੀ, ਔਰ ਮੈਂ ਸਮਝਦਾ ਵੀ ਇਹ ਸਮਝ ਦੋਵਾਂ ਨੂੰ, ਜਿਹੜਾ ਪਾਕਿਸਤਾਨ ਨੂੰ ਜਿਹੜਾ ਲੱਗੀ ਆ ਔਰ ਸਾਡੇ ਵੀ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਨੇ ਔਰ ਸਾਰਿਆਂ ਨੇ ਜਿਹੜਾ ਖੋਲ੍ਹਿਆ, ਹੁਣ ਅੱਗੇ ਵੀ ਸੋਚਣ, ਜਿਹੜਾ ਅੱਜ ਅਨਾਊਂਸਮੈਂਟ ਹੋਈ ਆ ਇਹਦੇ 'ਤੇ ਵੀ ਗੁਰੂ ਸਾਹਿਬ ਕਿਰਪਾ ਕਰਨ, ਨਨਕਾਣਾ ਸਾਹਿਬ ਦੇ ਵੀ ਆਪਾਂ ਨੂੰ ਦਰਸ਼ਨ ਜਿਹੜੀ ਕਰਨ ਦੀ ਗੱਲ ਚੱਲੀ ਆ ਉਹ ਵੀ ਕਰਤਾਰਪੁਰ ਸਾਹਿਬ ਵਾਂਗੂ ਨਨਕਾਣਾ ਸਾਹਿਬ ਵੀ ਜਾਇਆ ਕਰੀਏ ਔਰ ਅੱਜ ਗੱਲ ਚੱਲ ਪਈ ਆ, ਕਿਤੇ ਨਾ ਕਿਤੇ ਕਿਸੇ ਬੰਨੇ ਲੱਗੂਗੀ। ਧੰਨਵਾਦ। ਇਹ ਸਨ ਨਵਤੇਜ ਸਿੰਘ ਚੀਮਾ ਜਿਹੜੇ ਕਿ ਇਸ ਹਲਕੇ ਤੋਂ MLA ਹਨ ਅਤੇ ਜਿਨ੍ਹਾਂ ਨੇ ਇੱਕ ਵੱਡੀ ਭੂਮਿਕਾ ਨਿਭਾਈ ਸੀ, ਜਿਹੜਾ ਮੁੱਖ ਪੰਡਾਲ ਦੇ ਵਿੱਚ ਇਹਨਾਂ ਦਾ ਵੱਡਾ ਯੋਗਦਾਨ ਸੀ। ਇੱਥੇ ਸਰਕਾਰ ਵੱਲੋਂ ਅੱਜ ਮੰਗ ਉੱਠੀ ਹੈਗੀ ਆ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਕਰਤਾਰਪੁਰ ਕੋਰੀਡੋਰ ਖੁੱਲ੍ਹ ਸਕਦਾ, ਕਰਤਾਰਪੁਰ ਦਾ ਲਾਂਘਾ ਖੁੱਲ੍ਹ ਸਕਦਾ ਅਤੇ ਸਿੱਖਾਂ ਵਾਸਤੇ ਨਨਕਾਣਾ ਸਾਹਿਬ ਦਾ ਲਾਂਘਾ ਵੀ ਖੋਲ੍ਹਣਾ ਚਾਹੀਦਾ ਵਾ। ਵੇਖਦੇ ਹਾਂ ਆਉਣੇ ਸਮੇਂ ਦੇ ਵਿੱਚ ਕਿਹੋ ਜਿਹੀ ਭੂਮਿਕਾ ਹੁੰਦੀ ਆ ਦੋਵਾਂ ਸਰਕਾਰਾਂ ਦੀ, ਪਹਿਲਕਦਮੀ ਕਿਸ ਵੱਲੋਂ ਕੀਤੀ ਜਾਂਦੀ ਆ ਅਤੇ ਇਹ ਦੋਵਾਂ ਸਰਕਾਰ ਕਿਸ ਤਰ੍ਹਾਂ ਦੀ ਆਪਣੀ ਭੂਮਿਕਾ ਨਿਭਾਉਂਦੀਆਂ ਨੇ ਅਤੇ ਆਉਣਾ ਸਮਾਂ ਦੱਸੇਗਾ। ਪਰ ਆਸ ਬੱਝੀ ਹੈਗੀ ਆ, ਜਿਵੇਂ ਹੁਣ ਕਰਤਾਰਪੁਰ ਦਾ ਲਾਂਘਾ ਖੁੱਲ੍ਹ ਚੁੱਕਾ ਵਾ, ਤਕਰੀਬਨ 72 ਸਾਲ ਦੇ ਅਰਸੇ ਬਾਅਦ ਕਰਤਾਰਪੁਰ ਦਾ ਲਾਂਘਾ ਖੁੱਲ੍ਹਿਆ ਵਾ 9 ਤਰੀਕ ਵਾਲੇ ਦਿਨ, ਅਤੇ ਜੱਥਿਆਂ ਦੇ ਰੂਪ ਵਿੱਚ ਸੰਗਤ ਉੱਥੇ ਦਰਸ਼ਨ ਦਿਦਾਰੇ ਕਰਤਾਰਪੁਰ ਕਰਨ ਵਾਸਤੇ ਜਾਂਦੀ ਆ। ਵੇਖਦੇ ਹਾਂ ਆਉਣੇ ਸਮੇਂ ਦੇ ਵਿੱਚ ਇਹ ਨਨਕਾਣਾ ਸਾਹਿਬ ਦਾ ਲਾਂਘਾ ਖੁੱਲ੍ਹਣ ਦੇ ਲਈ ਅੱਜ ਤੋਂ ਆਵਾਜ਼ ਉੱਠੀ ਆ, ਉਹਨੂੰ ਬੂਰ ਪੈਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 550 ਸਾਲਾ ਜਿਹੜਾ ਕਿ ਪੂਰੀ ਦੁਨੀਆ ਦੇ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਅਤੇ ਅੱਜ ਸੁਲਤਾਨਪੁਰ ਲੋਧੀ ਦੀ ਗੱਲ ਕਰਦੇ ਹਾਂ ਅਤੇ ਸਾਰੇ ਪਾਸੇ ਬਾਬੇ ਨਾਨਕ ਦੀਆਂ ਬਾਤਾਂ ਪੈ ਰਹੀਆਂ। ਜੇ ਪਾਕਿਸਤਾਨ ਵਾਲੇ ਪਾਕਿਸਤਾਨ ਕਰਤਾਰਪੁਰ ਕੋਰੀਡੋਰ ਖੁੱਲ੍ਹਣ ਦੀ ਗੱਲ ਹੋਈ ਅਤੇ ਅੱਜ ਇਹ ਸਟੇਜ ਦੇ ਉੱਤੋਂ ਜਿਹੜੀ ਕਿ ਪੰਜਾਬ ਸਰਕਾਰ ਅਤੇ ਸੰਤ ਸਮਾਜ ਵੱਲੋਂ ਲਾਈ ਗਈ ਸੀ, ਉਹ ਸਟੇਜ ਦੇ ਉੱਤੋਂ ਨਨਕਾਣਾ ਸਾਹਿਬ ਦੇ ਲਾਂਘੇ ਖੋਲ੍ਹਣ ਦੀ ਵੀ ਆਵਾਜ਼ ਗੂੰਜੀ ਹੈਗੀ ਆ। ਆਉਣੇ ਸਮੇਂ ਦੇ ਵਿੱਚ ਵੇਖਦੇ ਹਾਂ ਸਰਕਾਰਾਂ ਕਿਹੇ ਪੱਖ ਰਹਿੰਦੀਆਂ ਹੈਗੀਆਂ ਵਾ, ਉਹ ਲਾਂਘਾ ਖੋਲ੍ਹਦਾ ਵਾ ਜਾਂ ਇਹ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਆਵਾਜ਼ ਚੁੱਕੀ ਹੈਗੀ ਉਹਨੂੰ ਕਦੋਂ ਬੂਰ ਪੈਂਦਾ ਵਾ, ਇਹਦੇ ਬਾਰੇ ਗੱਲਬਾਤ ਕਰਦੇ ਹਾਂ। ਰਾਣਾ ਗੁਰਜੀਤ ਸਿੰਘ ਸਾਡੇ ਨਾਲ ਜੁੜ ਚੁੱਕੇ, ਪਹਿਲਾਂ ਫਤਿਹ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ, 550 ਸਾਲਾਂ ਮਨਾਇਆ ਜਾ ਰਿਹਾ, ਕਰਤਾਰਪੁਰ ਕੋਰੀਡੋਰ ਖੁੱਲ੍ਹ ਚੁੱਕਾ ਅਤੇ ਨਨਕਾਣਾ ਸਾਹਿਬ ਦੇ ਲਾਂਘੇ ਦੀ ਵੀ ਗੱਲ ਚੱਲ ਪਈ ਹੈ? 550ਵੇਂ ਪ੍ਰਕਾਸ਼ ਉਤਸਵ ਪਹਿਲੀ ਪਾਤਸ਼ਾਹੀ ਦੇ ਗੁਰੂ ਨਾਨਕ ਦੇਵ ਜੀ ਦੇ, ਮੈਂ ਜਿੱਥੇ ਜਿੱਥੇ ਉਹਨਾਂ ਦੇ ਗੁਰੂ ਨਾਨਕ ਨਾਮ ਲੇਵਾ ਕਿਸੇ ਮੁਲਕ 'ਚ, ਸੂਬੇ 'ਚ, ਕਿਸੇ ਵੀ ਜਾਤ ਪਾਤ ਧਰਮ ਨਾਲ ਜਿਹੜੇ ਸੰਬੰਧ ਰੱਖਦੇ ਆ ਉਹਨਾਂ ਸਾਰਿਆਂ ਨੂੰ ਲੱਖ ਲੱਖ ਵਧਾਈ ਇਸ ਦਿਹਾੜੀ ਦੀ ਦੇਣਾ ਚਾਹੁੰਦਾ, ਕਿਉਂਕਿ 550 ਸਾਲ ਵੀ ਮਨਾਉਣ ਦਾ ਮੈਨੂੰ ਮੌਕਾ ਮਿਲਿਆ ਤਦ ਮੈਂ 12-13 ਸਾਲ ਦਾ ਸੀ। ਅੱਜ 550 ਸਾਲ ਹੋਰ ਮੱਥਾ ਟੇਕਣ ਦਾ ਮੌਕਾ ਮਿਲਿਆ ਬੇਰ ਸਾਹਿਬ, ਮੈਂ ਸਮਝਿਆ ਵੱਡੀ ਗੱਲ ਨਹੀਂ ਹੋ ਸਕਦੀ। ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹਾ ਹੋਵੇ, ਉਹ ਮੇਰੇ ਜੇ ਨਿਮਾਣੇ ਜੇ ਸਿੱਖ ਨੂੰ ਮੌਕਾ ਮਿਲੇ ਉੱਥੇ ਜਾ ਕੇ ਆਪਣਾ ਸ਼ਰਧਾ ਨਾਲ ਮੱਥਾ ਟੇਕਣ ਦਾ, ਮੈਂ ਸਮਝਦਾ ਇਹਦੇ ਵਿੱਚ ਪਾਕਿਸਤਾਨ ਸਰਕਾਰ ਦਾ ਵੀ ਧੰਨਵਾਦ ਕਰਦਾ। ਕਿਉਂ ਲਾਂਘਾ ਯਾਰ, ਮੁਲਕ ਉਹਨਾਂ ਦਾ, ਜਗ੍ਹਾ ਤਾਂ ਉਹਨਾਂ ਨੇ ਦਿੱਤੀ ਆ, ਬਣਾਇਆ ਬਹੁਤ ਖੂਬਸੂਰਤ ਹੈ ਔਰ ਉਹਦੇ ਉੱਪਰ ਦੀ ਜਿਹੜੀ ਫਰਾਕ ਦਲੀ ਹਿੰਦੁਸਤਾਨ ਸਰਕਾਰ ਨੇ ਵਿਖਾਈ ਆ ਔਰ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਸੱਚੇ ਪਾਤਸ਼ਾਹ ਨੇ 550 ਸਾਲ ਬਤੌਰ ਮੁੱਖ ਮੰਤਰੀ ਸੇਵਾ ਦਾ ਮੌਕਾ ਦਿੱਤਾ ਔਰ ਉਹਨਾਂ ਨੇ ਆਪਣੇ ਵੱਲੋਂ ਕਮੀਆਂ ਤਾਂ ਜਿੰਨੀਆਂ ਮਰਜ਼ੀ ਰਹਿ ਗਈਆਂ ਹੋਣ, ਹੋ ਵੀ ਸਕਦੀਆਂ, ਮੈਂ ਨਹੀਂ ਕਹਿੰਦਾ ਨਹੀਂ ਹੋਣਗੀਆਂ, ਲੇਕਿਨ ਤਨਦਹੀ ਨਾਲ ਉਹਨਾਂ ਨੇ ਆਪਣੇ ਸਾਥੀਆਂ ਨੂੰ, ਵਜ਼ੀਰਾਂ ਨੂੰ, MLA ਨੂੰ, ਮੁਲਾਜ਼ਮਾਂ ਨੂੰ, ਪੁਲਿਸ 'ਚੋਂ,
ਸਿਵਲ ਸਰਵਿਸ 'ਚ ਹੋਣ, ਉਹਨਾਂ ਸਾਰਿਆਂ ਨੇ ਬਹੁਤ ਵੱਡਾ ਇੱਕ ਯੋਗਦਾਨ ਪਾਇਆ, ਸੰਤ ਸਮਾਜ ਨੇ ਪਾਇਆ, ਸਿੱਖ ਜਗਤ ਨੇ ਪਾਇਆ, ਔਰ ਜਿਹਦੀ ਵਜ੍ਹਾ ਨਾਲ ਇਹ ਬਹੁਤ ਕਾਮਯਾਬ ਫੰਕਸ਼ਨ ਹੋਇਆ। ਔਰ ਮੈਂ ਨਹੀਂ ਸਮਝਦਾ ਕਿ ਸਾਨੂੰ ਕੋਈ ਕਿਸੇ ਨੂੰ ਕਿਸੇ ਕਿਸਮ ਦੀ ਤੰਗੀ ਹੋਏਗੀ, ਚਾਹੇ ਟ੍ਰੈਫਿਕ ਦੀ ਗੱਲ ਕਰ ਲਓ, ਪਾਰਕਿੰਗ ਦੀ ਗੱਲ ਕਰ ਲਓ, ਟਰਾਂਸਪੋਰਟ ਦੀ ਗੱਲ ਕਰ ਲਓ, ਆਪਣੇ ਸਿਕਿਉਰਿਟੀ ਦੀ ਗੱਲ ਕਰ ਲਈਏ, ਲੰਗਰ ਦੀ ਗੱਲ ਕਰ ਲਈਏ, ਬਾਕੀ ਆ ਜਿਹੜਾ ਟੈਂਟ ਬਣਾਇਆ ਸੀ ਵੱਡਾ ਕਿ ਇਕੱਠੇ ਮਨਾਵਾਂਗੇ, ਚਲੋ ਸੱਚੇ ਪਾਤਸ਼ਾਹ ਨੂੰ ਨਹੀਂ ਮੈਂ ਕਹੂੰਗਾ ਮਨਜ਼ੂਰ ਸੀ, ਅਤੇ ਕੋਸ਼ਿਸ਼ ਸੱਚੇ ਪਾਤਸ਼ਾਹ ਨੂੰ ਨਹੀਂ ਮਨਜ਼ੂਰ ਸੀ ਜਾਂ ਸਰਕਾਰ ਅਤੇ ਅੱਜ ਹੀ ਕਿਸੇ ਨੂੰ ਮਨਜ਼ੂਰ ਸੀ, ਕਿਉਂਕਿ ਇੱਕ ਵੱਡੀ ਗੱਲ ਤੁਸੀਂ ਆਪ ਹੀ ਕਹਿ ਚੁੱਕੇ, ਮੈਂ ਨਹੀਂ ਸੀ ਚਾਹੁੰਦਾ ਕਿ ਇਸ ਪਾਸੇ ਗੱਲ ਲਿਆਂਦੀ ਜਾਵੇ, ਪਰ ਤੁਸੀਂ ਆਪ ਹੀ ਗੱਲ ਕੀਤੀ ਹੈ। ਲੇਕਿਨ ਗੱਲ ਇਹ ਆ ਕਿ ਵੀ ਸਰਕਾਰ ਵੱਲੋਂ ਕੋਈ ਕਸਰ ਨਹੀਂ ਰਹੀ, ਉਹ ਕਹਿੰਦੇ ਲੇਕਿਨ ਵੇਖੋ ਹੁਣ 4 ਦਿਨ ਪਹਿਲਾਂ ਮੀਂਹ ਪਿਆ, ਉਹ ਤੁਸੀਂ ਮੈਂ ਨਹੀਂ ਪਵਾਇਆ, ਉਹ ਤਾਂ ਸੱਚੇ ਪਾਤਸ਼ਾਹ ਨੇ ਵੇਖਿਆ ਕਿ ਇਨਵਾਇਰਮੈਂਟ ਖਰਾਬ ਆ, ਦੂਸ਼ਿਤ ਹਵਾ, ਲੱਗਦਾ ਐਂ ਸੀਗਾ ਕਿ ਇੱਥੇ ਕੁਛ ਨਹੀਂ ਹੋਣਾ, ਅੱਜ ਇੱਥੇ ਮੰਗਲ ਹੋ ਰਿਹਾ, ਕਿਸੇ ਕਿਸਮ ਦੀ ਕੋਈ ਕਮੀ ਨਹੀਂ ਰਹਿ ਰਹੀ। ਲੇਕਿਨ ਮੈਂ ਇਹ ਕਹਾਂਗਾ ਜਿੱਥੇ ਪੰਡਾਲ ਦੇ ਵਿੱਚ ਇੰਨਾ ਵਧੀਆ ਇੰਤਜ਼ਾਮ ਸੀ, ਗੁਰਦੁਆਰਾ ਸਾਹਿਬ 'ਚ ਵੀ ਵਧੀਆ ਇੰਤਜ਼ਾਮ ਸੀ, ਅਤੇ ਸੰਗਤਾਂ ਨੇ ਬਹੁਤ ਸ਼ਰਧਾ ਦੇ ਨਾਲ, ਨਿਮਰਤਾ ਦੇ ਨਾਲ, ਹੌਸਲੇ ਦੇ ਨਾਲ, ਤਹਮਲ ਮਜਾਜੀ ਦੇ ਨਾਲ ਜਾ ਕੇ ਮੱਥਾ ਟੇਕਿਆ, ਔਰ ਸਾਰਿਆਂ ਨੂੰ ਇੱਕ ਦੂਜੇ ਨੂੰ ਮੌਕਾ ਦਿੰਦੇ ਸੀ ਭਾਈ ਤੂੰ ਵੀ ਟੇਕ ਲਾ, ਇਹ ਬੜੀ ਵੱਡੀ ਗੱਲ ਹੈ, ਕਿਰਪਾ ਕਿਹਦੀ? ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ। ਜੇ ਆਪਾਂ ਕਰਤਾਰਪੁਰ ਕੋਰੀਡੋਰ ਖੁੱਲ੍ਹਣ ਦੀ ਗੱਲ ਕਰਦੇ ਹਾਂ, ਅਤੇ ਅੱਜ ਇੱਕ ਮੰਗ ਉੱਠੀ ਹੈਗੀ ਆ ਨਨਕਾਣਾ ਸਾਹਿਬ ਦੇ ਲਾਂਘਾ ਖੋਲ੍ਹਣ ਵਾਸਤੇ, ਕੀ ਕਹਿਣਾ ਚਾਹੋਗੇ ਇਹਦੇ ਬਾਰੇ ਦੋਵਾਂ ਸਰਕਾਰਾਂ ਨੂੰ, ਕਿਉਂਕਿ ਭਾਰਤ ਅਤੇ ਪਾਕਿਸਤਾਨ ਸਰਕਾਰ ਦਾ ਤੁਸੀਂ ਪਹਿਲਾਂ ਰੋਲ ਦੱਸ ਚੁੱਕੇ ਹੋ, ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹਾ ਰੋਲ ਹੋਣਾ ਚਾਹੀਦਾ? ਦੇਖੋ ਜੀ, ਸਰਕਾਰਾਂ ਤਾਂ ਇੱਕ ਸਾਧਨ ਆ, ਅਰਦਾਸਾਂ ਸਿੱਖਾਂ ਦੀਆਂ, ਸਿੱਖਾਂ ਦੀਆਂ ਅਰਦਾਸਾਂ ਹੋਈਆਂ ਪੂਰੀਆਂ, ਇਹ ਮੇਰੇ ਕਰਨਾ ਕਿਸੇ ਦੇ ਕਰਨਾ ਕੋਈ ਨਹੀਂ ਗੱਲ, ਇਹ ਤਾਂ ਸੱਚੇ ਪਾਤਸ਼ਾਹ ਚਾਹੁੰਦਾ ਸੀ, ਅਤੇ ਸੱਚੇ ਪਾਤਸ਼ਾਹ ਨੇ ਕਿਹਾ 32 ਸਾਲ ਹੀ ਦਊਂਗਾ ਤੁਹਾਨੂੰ ਇਹ ਆਗਿਆ, 72 ਸਾਲ ਪੂਰੇ ਹੋਏ, ਆਗਿਆ ਮਿਲ ਗਈ। ਹੁਣ ਨਨਕਾਣਾ ਸਾਹਿਬ ਦੀ ਸਿੰਘ ਪਹਿਲਾਂ ਵੀ ਅਰਦਾਸ ਕਰਦੇ ਸੀ, ਅੱਜ ਵੀ ਕਰ ਰਿਹਾ, ਕਿਰਪਾ ਸੱਚੇ ਪਾਤਸ਼ਾਹ ਦੀ ਹੋਣੀ ਹੈ, ਔਰ ਹੋਵੇ ਮੈਂ ਤਾਂ ਅਰਦਾਸ ਕਰੂੰਗਾ। ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਦਾ ਲੱਗਦਾ ਵਾ? 550 ਸਾਲਾਂ ਆਪ ਹੀ ਤੁਸੀਂ ਗੱਲ ਛੇੜੀ ਹੈਗੀ ਹੈ ਕਿ ਲੌਂਗੋਵਾਲ ਪ੍ਰਧਾਨ ਹਮੇਸ਼ਾ ਹੀ ਕਹਿੰਦੇ ਸੀ ਕਿ ਸਾਡੇ ਨਾਲ ਤਾਲਮੇਲ ਸਰਕਾਰ ਨਹੀਂ ਬਣਾ ਰਹੀ, ਤਾਂ ਹੀ ਕਰਕੇ ਲੱਗਦਾ ਕਿ ਤੁਸੀਂ ਇੱਕ ਦੂਜੇ ਨਾਲ ਬੈਠ ਨਹੀਂ ਸਕੇ। ਚਲੋ ਜੋ ਵੀ ਹੈ, ਮੈਂ ਸਮਝਦਾ ਆਪਣੀ ਆਪਣੀ ਜਗ੍ਹਾ ਦੋਨਾਂ ਨੇ ਵਧੀਆ ਮਨਾ ਲਿਆ। ਬਹੁਤ ਵਧੀਆ ਰਿਹਾ, ਧੰਨਵਾਦ ਜੀ। ਸਰਕਾਰਾਂ ਵੱਲੋਂ ਜੋ ਪ੍ਰੋਗਰਾਮ ਉਲੀਕਿਆ ਗਿਆ ਸੀ ਪੰਜਾਬ ਸਰਕਾਰ ਵੱਲੋਂ, ਰਾਣਾ ਗੁਰਜੀਤ ਸਿੰਘ ਨੇ ਕਿਹਾ ਹੈਗਾ ਕਿ ਇੱਕ ਵਧੀਆ ਪ੍ਰੋਗਰਾਮ ਸੀ, ਅਤੇ SGPC ਵੱਲੋਂ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਹੈ ਕਹਿ ਰਹੇ ਕਿ ਬਹੁਤ ਵਧੀਆ ਵਾ। ਇੱਕ ਗਮ ਤਾਂ ਜ਼ਰੂਰ ਹੈਗਾ ਕਿ ਇਹ ਦੋਵੇਂ ਪ੍ਰੋਗਰਾਮ ਇੱਕ ਥਾਂ ਹੀ ਹੋਣੇ ਚਾਹੀਦੇ ਸੀ, ਪਰ ਆਪ ਹੀ ਗੱਲ ਛੇੜੀ ਸੀ ਉਹਨਾਂ ਨੇ, ਪਤਾ ਨਹੀਂ ਕਿਉਂ ਇਹ ਪ੍ਰੋਗਰਾਮ ਇੱਕ ਨਹੀਂ ਹੋ ਸਕੇ। ਅਤੇ ਜੇ ਕਰਤਾਰਪੁਰ ਕੋਰੀਡੋਰ ਖੁੱਲ੍ਹਣ ਦੀ ਗੱਲ ਕੀਤੀ ਆ, ਜੇ ਦੂਜੇ ਪਾਸੇ ਨਨਕਾਣਾ ਸਾਹਿਬ ਦੇ ਲਾਂਘੇ ਦੀ ਗੱਲ ਕੀਤੀ ਹੈਗੀ ਆ, ਅਤੇ ਕਿਹਾ ਗਿਆ ਕਿ ਗੁਰੂ ਸਾਹਿਬ ਨੇ ਅਰਦਾਸ ਬੇਨਤੀ ਸੁਣੀ ਹੈਗੀ ਆ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਨਨਕਾਣਾ ਸਾਹਿਬ ਦਾ ਲਾਂਘੇ ਵਾਸਤੇ ਵੀ ਗੁਰੂ ਸਾਹਿਬ ਅਰਦਾਸ ਬੇਨਤੀ ਸੁਣਨਗੇ। ਵੇਖਦੇ ਹਾਂ ਸਰਕਾਰਾਂ ਆਪਣੀ ਪਹਿਲਕਦਮੀ ਕਰਦੀਆਂ, ਗੁਰੂ ਸਾਹਿਬ ਆਸ਼ੀਰਵਾਦ ਕਦੋਂ ਦਿੰਦੇ ਆ? ਜਦੋਂ ਕਿ ਲਾਂਘਾ ਖੁੱਲੂਗਾ ਨਨਕਾਣਾ ਸਾਹਿਬ ਦਾ ਵੀ। ਆਪਾਂ ਪਹੁੰਚ ਚੁੱਕੇ ਹੈਗੇ ਹਾਂ ਇਸ ਟਾਈਮ 'ਤੇ SGPC ਦੀ ਸਟੇਜ ਦੇ ਉੱਤੇ, ਬੀਬੀ ਜਗੀਰ ਕੌਰ ਸਾਡੇ ਨਾਲ ਹੈਗੇ, ਉਹਨਾਂ ਨਾਲ ਗੱਲਬਾਤ ਕਰਾਂਗੇ, ਜਿਹੜਾ ਕਿ ਸੁਲਤਾਨਪੁਰ ਲੋਧੀ ਵਿਖੇ ਬੜੇ ਵੱਡੇ ਪੱਧਰ ਦੇ ਸਮਾਗਮ ਕਰਵਾਏ ਜਾ ਰਹੇ ਹੈਗੇ ਆ। SGPC ਵੱਲੋਂ ਵੀ ਜਿਹੜਾ ਨਿਵੇਕਲਾ ਉਪਰਾਲਾ ਕੀਤਾ ਗਿਆ ਸੀ, ਜਿਹਦੇ ਵਿੱਚ ਕਿ ਬਹੁਤ ਵੱਡੇ ਪੰਡਾਲ ਲੱਗੇ ਹੈਗੇ ਆ, ਅਤੇ ਲੱਖਾਂ ਹੀ ਤਾਦਾਦ ਦੇ ਵਿੱਚ ਸੰਗਤ ਨਤਮਸਤਕ ਹੋਣ ਵਾਸਤੇ ਆਈ ਹੈਗੀ ਆ। ਜੇ ਆਪਾਂ ਗੁਰਦੁਆਰਾ ਬੇਰ ਸਾਹਿਬ ਦੀ ਗੱਲ ਕਰਦੇ ਹਾਂ ਜਾਂ ਵੱਖ ਵੱਖ ਗੁਰਧਾਮਾਂ ਦੀ ਗੱਲ ਕਰਦੇ ਹਾਂ, ਅਤੇ ਨਤਮਸਤਕ ਹੋਣ ਸੰਗਤ ਬਹੁਤ ਵੱਡੀ ਪੱਧਰ 'ਤੇ ਪਹੁੰਚੀ ਹੈਗੀ ਆ। ਬੀਬੀ ਜਗੀਰ ਕੌਰ ਸਾਡੇ ਨਾਲ ਜੁੜ ਚੁੱਕੇ ਆ, ਪਹਿਲਾਂ ਫਤਿਹ ਸਾਂਝ ਪਾਉਣਾ ਬੀਬੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਅਕਾਲ ਚੈਨਲ ਦੇ ਮਾਧਿਅਮ ਰਾਹੀਂ ਇਸ ਸਮੇਂ ਤੁਹਾਨੂੰ ਦੇਖਿਆ ਜਾ ਰਿਹਾ ਹੈਗਾ? ਸਭ ਤੋਂ ਪਹਿਲਾਂ ਮੈਂ ਸਾਰੇ ਸੰਸਾਰ ਦੇ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਬਹੁਤ ਬਹੁਤ ਵਧਾਈ ਅੱਜ ਦੇ ਗੁਰਪੁਰਬ ਦੀ, ਔਰ ਕੋਟਨ ਕੋਟ ਧੰਨਵਾਦ ਪਾਤਸ਼ਾਹ ਦਾ ਕਰਦੀ ਹੈ ਜਿਨ੍ਹਾਂ ਨੇ ਇਸ ਮਹਾਨ ਸਮਾਗਮ ਨੂੰ ਨਿਰਵਿਘਨਤਾ ਸਹਿਤ ਤਕਰੀਬਨ ਸੰਪੂਰਨਤਾ ਵੱਲ ਲੈ ਕੇ ਗਏ ਹੈ। ਕਿੰਨਾ ਟਾਈਮ ਹੋਰ ਆ, ਕਿਉਂਕਿ ਸ਼ਾਮ ਪੈ ਚੁੱਕੀ ਆ, ਕਿੰਨਾ ਟਾਈਮ ਹੋਰ ਸਮਾਗਮ? ਸ਼ਾਮ ਦੇ 12 ਵਜੇ ਤੱਕ ਸਮਾਗਮ ਇੱਥੇ ਚੱਲਣਗੇ, 1:30 ਵਜੇ ਬਕਾਇਦਾ ਗੁਰਦੁਆਰਾ ਸਾਹਿਬ ਸ੍ਰੀ ਬੇਰ ਸਾਹਿਬ ਵਿਖੇ ਉਹ 9ਵੇਂ ਮਹੱਲੇ ਦੇ ਸਲੋਕ ਸ਼ੁਰੂ ਹੋ ਜਾਣਗੇ, ਫਿਰ ਕੱਲ੍ਹ ਨੂੰ ਸਵੇਰ ਤੋਂ ਆਸਾਈ ਦੀ ਵਾਰ ਤੋਂ ਬਾਅਦ ਅਤੇ ਤਕਰੀਬਨ 12 ਵਜੇ ਸਮਾਪਤੀ ਹੋ ਜਾਏਗੀ। ਜਿਹੜੀ ਇਹ ਸਮਾਪਤੀ ਇੱਥੇ ਹੋਊਗੀ ਜਾਂ ਬੇਰ ਸਾਹਿਬ ਕੀਤੀ ਜਾਊਗੀ? ਨਹੀਂ, ਲਾਸਟ ਸਮਾਪਤੀ ਉੱਥੇ ਹੋਏਗੀ, ਬੇਰ ਸਾਹਿਬ ਹੋਊਗੀ, ਸੰਗਤ ਦੇ ਭੋਗ ਪੈਣੇ ਨੇ। ਕਿਵੇਂ ਦਾ ਰਿਹਾ, ਕਿਉਂਕਿ ਕਈ ਦਿਨ ਤੋਂ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਵੱਡੇ ਉਪਰਾਲੇ ਕੀਤੇ, ਜੋ ਸੋਚਿਆ ਸੀ ਉਹ ਤੋਂ ਕਿਤੇ ਵੱਧ ਗਿਆ, ਸੰਗਤ ਪ੍ਰਬੰਧ ਕੀਤੇ ਸੀ ਉਹ ਤੋਂ ਵੀ ਕਿਤੇ ਪ੍ਰਬੰਧਾਂ ਦੇ ਵਿੱਚ ਸਾਡੇ ਕੋਲ ਕਮੀਆਂ ਰਹਿ ਗਈਆਂ, ਲੇਕਿਨ ਸੰਗਤਾਂ 'ਚ ਕੋਈ ਕਮੀ ਨਹੀਂ ਰਹੀ। ਪ੍ਰਬੰਧ ਛੋਟੇ ਪੈ ਗਏ ਜਾਂ ਕਮੀਆਂ ਰਹਿ ਗਈਆਂ? ਇਹ ਪ੍ਰਬੰਧ ਛੋਟੇ ਪੈ ਗਏ, ਛੋਟੇ ਪੈ ਗਏ। ਹਾਂਜੀ, ਕਿਉਂਕਿ ਇਸ ਟਾਈਮ ਗੁਰੂ ਸਾਹਿਬ ਦੀ ਬਖਸ਼ਿਸ਼ ਹੈਗੀ ਆ, ਜੇ ਆਪਾਂ ਬਾਹਰ ਦੀ ਗੱਲ ਕਰਦੇ ਹਾਂ ਇਕੱਠ ਦੀ, ਤੇ ਲੱਖਾਂ ਦਾ ਇਕੱਠ ਹੈਗਾ ਵਾ ਸੰਗਤ ਨਤਮਸਤਕ। ਦੇਖੋ ਲੱਖਾਂ ਦਾ ਇਕੱਠ ਮੇਰੇ ਖਿਆਲ ਕੱਲ੍ਹ ਤੱਕ ਵੀ ਪਰਸੋਂ
ਤੱਕ ਵੀ ਰਹੇਗਾ ਅਤੇ ਸੰਗਤਾਂ ਜੀ ਉਤਸ਼ਾਹ ਹੀ ਬੜਾ ਜੀ ਸ਼ਰਧਾ ਹੀ ਬੜੀ ਹੈ ਮੈਂ ਦੇਖਿਆ ਜੀ ਜਿਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਭਨਾਂ ਨੂੰ ਬੁੱਕਲ 'ਚ ਲਿਆ ਸੀ ਨਾ ਅੱਜ ਸੰਸਾਰ ਦੇ ਸਾਰੇ ਲੋਕ ਜਾਤਾਂ ਪਾਤਾਂ ਤੋਂ ਉੱਠੀਆਂ ਉੱਚੇ ਉੱਠ ਕੇ ਰਾਜਨੀਤਿਕ ਸੋਚ ਤੋਂ ਉੱਤੇ ਉੱਠ ਕੇ ਸਾਰੇ ਊਚ ਨੀਚ ਦਾ ਕੋਈ ਭੇਦਭਾਵ ਨਹੀਂ ਜਿੱਦਾਂ ਉਹ ਸਾਰੇ ਸੰਸਾਰ ਦੇ ਲੋਕ ਉਮੜ ਕੇ ਆਏ ਹੈ ਔਰ ਵੱਡੀਆਂ ਵੱਡੀਆਂ ਸ਼ਖਸੀਅਤਾਂ ਵੀ ਤਿਆਗ ਕੇ ਨਤਮਸਤਕ ਹੋਈਆਂ ਜੀ ਕਰਤਾਰਪੁਰ ਕੋਰੀਡੋਰ ਖੁੱਲ੍ਹ ਚੁੱਕਾ ਹੈਗਾ ਵਾ ਕੀ ਕਹਿਣਾ ਚਾਹੋਗੇ ਸੰਗਤ ਨੂੰ ਕਿਉਂਕਿ ਅੱਜ ਇੱਕ ਹੋਰ ਆਵਾਜ਼ ਇਸ ਧਰਤੀ ਉੱਤੇ ਹੈਗੀ ਆ ਕਿ ਨਨਕਾਣਾ ਸਾਹਿਬ ਦਾ ਰਾਹ ਵੀ ਖੁੱਲ੍ਹਣਾ ਚਾਹੀਦਾ ਮੈਂ ਤਾਂ ਕਹਿੰਦੀ ਪਰਮਾਤਮਾ ਕਰਿਆ ਵੀ ਰਾਹ ਸਾਰੇ ਗੁਰਦੁਆਰਿਆਂ ਨੂੰ ਗੁਰਤਾਬਾਂ ਨੂੰ ਖੁੱਲ੍ਹੇ ਹੋ ਜਾਣ ਕਿ ਤਾਂ ਜੋ ਸੰਗਤ ਦੀ ਸਾਰੀ ਇੱਛਾ ਪੂਰੀ ਹੋ ਜਾਵੇ ਧੰਨਵਾਦ ਜੀ ਬਿਲਕੁਲ ਜੀ ਇਹ ਜਿਹੜੇ ਗੁਰਧਾਮਾਂ ਦੇ ਦਰਸ਼ਨ ਦਿਦਾਰਿਆਂ ਦੀ ਅਰਦਾਸ ਬੇਨਤੀ ਕਰਦੇ ਹਾਂ ਅਤੇ ਬੀਬੀ ਜਗੀਰ ਕੋਲ ਨੇ ਕਰਕੇ ਸਾਡੇ ਵੱਲੋਂ ਵੀ ਅਰਦਾਸ ਹੈਗੀ ਅਕਾਲ ਚੰਨ ਅਰਦਾਸ ਬੇਨਤੀ ਕਰਦਾ ਹੈਗਾ ਕਿ ਇਹ ਜਿਹੜੇ ਗੁਰਧਾਮਾਂ ਵਾਸਤੇ ਰਾਹ ਖੁੱਲ੍ਹਣੇ ਹੈਗੇ ਆ ਇਹ ਸਾਰੇ ਹੀ ਗੁਰਧਾਮਾਂ ਦੇ ਰਾਹ ਖੁੱਲ੍ਹ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਸੰਗਤ ਨੂੰ ਫਿਰ ਦੁਬਾਰਾ ਜੋੜ ਰਹੇ ਹੈਗੇ ਆ ਕਿਉਂਕਿ ਜੇ ਠਾਠਾ ਮਾਰਦਾ ਸੰਗਤਾਂ ਦਾ ਇਕੱਠ ਵੇਖ ਸਕਦੇ ਹਾਂ ਕਿ ਦੂਰ ਤੱਕ ਸੰਗਤਾਂ ਦਾ ਲੱਖਾਂ ਦਾ ਇਕੱਠ ਇੱਥੇ ਰੋਜ਼ ਨਤਮਸਤਕ ਹੋਣ ਵਾਸਤੇ ਆ ਰਿਹਾ ਹੈਗਾ ਵਾ ਦੁਨੀਆਂ ਦੇ ਹਰ ਕੋਨੇ ਤੋਂ ਹਰ ਖਿੱਤੇ ਤੋਂ ਇੱਥੇ ਹਰ ਮਜ਼ਹਬ ਤੋਂ ਇਹ ਨਹੀਂ ਕਿ ਇਕੱਲੇ ਸਿੱਖ ਹੀ ਇੱਥੇ ਹਿੰਦੂ ਮੁਸਲਿਮ ਸਿੱਖ ਈਸਾਈ ਸਾਰਾ ਭਾਈਚਾਰਾ ਇੱਥੇ ਜਿਹੜਾ ਇਕੱਠਾ ਹੋ ਰਿਹਾ ਗੁਰੂ ਸਾਹਿਬ ਦੇ ਦਰਸ਼ਨ ਦਾਰੇ ਕਰਨ ਵਾਸਤੇ ਪਵਿੱਤਰ ਵੇਈ ਦੇ ਕੰਢੇ ਦੇ ਉੱਤੇ ਜੇ ਪੰਡਾਲਾਂ ਦੀ ਗੱਲ ਕਰਦੇ ਹਾਂ ਤਾਂ ਇੱਕ ਪਾਸੇ ਐਸ ਜੀ ਪੀ ਸੀ ਵੱਲੋਂ ਵੱਡਾ ਪੰਡਾਲ ਲਾਇਆ ਗਿਆ ਹੈਗਾ ਵਾ ਦੂਜੇ ਪਾਸੇ ਪੰਜਾਬ ਸਰਕਾਰ ਦਾ ਇੱਕ ਵੱਡਾ ਉਪਰਾਲਾ ਸੀ ਜਿੱਥੇ ਕਿ ਗੁਰੂ ਸਾਹਿਬ ਦੇ ਗੁਣਗਾਨ ਹੋ ਰਹੇ ਆ ਜੇ ਸੰਗਤ ਦੀ ਗੱਲ ਕਰਦੇ ਹਾਂ ਤਾਂ ਵੱਖੋ ਵੱਖਰੇ ਥਾਵਾਂ ਤੋਂ ਸੰਗਤ ਵੀਰਾਂ ਕੱਤ ਕੇ ਪਹੁੰਚਦੇ ਹੈਗੇ ਆ ਸਾਡੇ ਨਾਲ ਕੁਛ ਬੀਬੀਆਂ ਜੁੜੀਆਂ ਹੈਗੀਆਂ ਪਹਿਲਾਂ ਫਤਿਹ ਸਾਂਝ ਪਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਪਿਆਰੀ ਸਾਧ ਸੰਗਤ ਜੀ ਪਹਿਲਾਂ ਤਾਂ ਸਾਰਿਆਂ ਨੂੰ ਅਸੀਂ ਧੰਨ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੀ ਲੱਖ ਲੱਖ ਵਧਾਈ ਦਿੰਦੇ ਹਾਂ ਸੁਲਤਾਨਪੁਰ ਲੋਧੀ ਦੀ ਜੋ ਮੈਨੇਜਮੈਂਟ ਹੈ ਉਹਨਾਂ ਨੂੰ ਲੱਖ ਲੱਖ ਵਧਾਈ ਸਾਡੇ ਬਾਦਲ ਸਾਹਿਬ ਜਾਂ ਸਾਡੇ ਜੋ ਕੈਪਟਨ ਅਮਰਿੰਦਰ ਸਾਹਿਬ ਉਹਨਾਂ ਨੂੰ ਅਸੀਂ ਵਧਾਈ ਦੇ ਪਾਤਰ ਹੈਗੇ ਨੇ ਉਹ ਵਧਾਈ ਦੇ ਪਾਤਰ ਹੈ ਕਿਹੜੀ ਜਗ੍ਹਾ ਤੋਂ ਆਏ ਆ ਤੁਸੀਂ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਨਗਰੀ ਗੁਰੂ ਗੋਬਿੰਦ ਸਿੰਘ ਨੇ ਪਟਨਾ ਸਾਹਿਬ ਤੋਂ ਆਏ ਹੈਗੇ ਆ ਸਾਰੇ ਸਾਡਾ ਜੱਥਾ 200 ਦਾ ਆਇਆ ਸੰਤ ਪੁਰੀ ਵਾਲੇ ਸੰਤ ਬਾਬਾ ਜੀ ਲੈ ਕੇ ਆਏ ਨੇ ਸਾਨੂੰ ਅਸੀਂ ਸਾਰੇ ਇੱਥੇ ਟੈਂਟ ਸਿਟੀ ਵਿੱਚ ਰੁਕੇ ਹੈਗੇ ਹਾਂ ਕਾਫੀ ਆਨੰਦ ਆਇਆ ਕਾਫੀ ਅੱਛਾ ਪ੍ਰਸ਼ਾਸਨ ਔਰ ਕਾਫੀ ਅੱਛੀ ਸੇਵਾ ਅੱਛੀ ਤਰ੍ਹਾਂ ਸਾਫ ਸਫਾਈ ਹਰ ਚੀਜ਼ ਕਿਸੇ ਚੀਜ਼ ਦੀ ਸਾਨੂੰ ਕੋਈ ਕਮੀ ਨਹੀਂ ਹਰ ਵਿਵਸਥਾ ਕਿਸੇ ਚੀਜ਼ 'ਤੇ ਕੋਈ ਕਮੀ ਨਹੀਂ ਗੁਰੂ ਜੀ ਦੇ ਲੰਗਰ ਗੁਰੂ ਜੀ ਦੇ ਦਰਸ਼ਨ ਲੱਖ ਲੱਖ ਵਧਾਈ ਅਸੀਂ ਲੋਕ ਬਹੁਤ ਖੁਸ਼ੀਆਂ ਲੈ ਕੇ ਜਾ ਰਹੇ ਹਾਂ ਇਸ ਦਰ ਤੋਂ ਕੀ ਨਾਮ ਤੁਹਾਡਾ ਸਾਡਾ ਸਤਨਾਮ ਕੌਰ ਪਟਨਾ ਸਾਹਿਬ ਕੀ ਨਾਮ ਅਰਵਿੰਦਰ ਕੌਰ ਤੁਸੀਂ ਗੁਰੂ ਨਗਰੀ ਪਹੁੰਚਿਆ ਗਿਆ ਸੁਲਤਾਨਪੁਰ ਲੋਧੀ ਜੇ ਆਪਾਂ ਕਰਤਾਰਪੁਰ ਕੋਰੀਡੋਰ ਦੀ ਗੱਲ ਕਰਦੇ ਹਾਂ ਤਾਂ ਉਹ ਵੀ ਖੁੱਲ੍ਹ ਚੁੱਕਾ ਹੈਗਾ ਵਾ ਅਤੇ ਅੱਜ ਇਸ ਧਰਤੀ ਤੋਂ ਇੱਕ ਵੱਡੀ ਅਨਾਊਂਸਮੈਂਟ ਕੀਤੀ ਆ ਪੰਜਾਬ ਸਰਕਾਰ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਕਿ ਜੇ ਕਰਤਾਰਪੁਰ ਉਲਾਂਘਾ ਖੁੱਲ੍ਹ ਚੁੱਕਾ ਵਾ ਤਾਂ ਨਨਕਾਣਾ ਸਾਹਿਬ ਦਾ ਉਲਾਂਘਾ ਖੁੱਲ੍ਹ ਜਾਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਹੁਣ ਸਮੇਂ ਦੇ ਵਿੱਚ ਇਹ ਮੰਗਾਂ ਪੂਰੀਆਂ ਕਰਨਗੀਆਂ ਸਰਕਾਰਾਂ ਬਿਲਕੁਲ ਪੂਰੀ ਕਰਨੀ ਚਾਹੀਦੀਆਂ ਨੇ ਵੈਸੇ ਕਰਨਗੇ ਜ਼ਰੂਰ ਕਰਨਗੇ ਉਹ ਔਰ ਹੋ ਗਈਆਂ ਨੇ ਗੁਰੂ ਮਹਾਰਾਜ ਕਰਨ ਵਾਲਾ ਆਪ ਬੈਠਾ ਹੋ ਗਈਆਂ ਨੇ ਕਰਤਾਰਪੁਰ ਜਾਣ ਦਾ ਤਾਂ ਰਸਤਾ ਸਾਨੂੰ ਮਿਲ ਹੀ ਗਿਆ ਨਨਕਾਣਾ ਸਾਹਿਬ ਦਾ ਵੀ ਅੱਜ ਇੱਥੋਂ ਆਵਾਜ਼ ਚੁੱਕੀ ਹੈਗੀ ਆ ਅੱਛਾ ਜੀ ਹੋ ਗਿਆ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਐਸਾ ਨਨਕਾਣਾ ਸਾਹਿਬ ਜਾਣ ਦਾ ਸਾਨੂੰ ਮੌਕਾ ਮਿਲੇਗਾ ਕਰਤਾਰ ਸਾਹਿਬ ਜੀ ਦੇ ਦਰਸ਼ਨ ਮਿਲਣਗੇ ਔਰ ਨਾਮ ਤੁਹਾਡਾ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹਾਂਜੀ ਪਟਨਾ ਸਾਹਿਬ ਤੋਂ ਆਏ ਰਜਿੰਦਰ ਕੌਰ ਸੰਗਤ ਹੈਗੀ ਆ ਕਿਵੇਂ ਦਾ ਮਹਿਸੂਸ ਕਰ ਰਹੇ ਆ ਸੁਲਤਾਨਪੁਰ ਲੋਧੀ ਪਹੁੰਚ ਕੇ ਕੀ ਮਹਿਸੂਸ ਬਹੁਤ ਆਨੰਦ ਬਹੁਤ ਆਨੰਦ ਔਰ ਐਸਾ ਆਨੰਦ ਪਰਮਾਨੰਦ ਗੁਰਮੀਤ ਸਿੰਘ ਬਹੁਤ ਵਧੀਆ ਲੱਗ ਰਿਹਾ ਹੈ ਸਾਡੇ 500 ਸਾਲਾਂ ਸਾਨੂੰ ਵਧਾਈ ਦੇਣਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਅਤੇ ਸਾਰਿਆਂ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਕੇ ਅਪੀਲ ਕਰਦਾ ਕਿ ਸਭ ਦੇ ਝੋਲੀ 'ਚ ਖਿੜੇ ਖੁਸ਼ੀਆਂ ਲੈ ਕੇ ਆਵੇ ਸਭ ਨੂੰ ਖੁਸ਼ ਰੱਖੇ ਹਾਂਜੀ ਹਾਂਜੀ ਬੜਾ ਵੱਡੇ ਪੱਧਰ 'ਤੇ ਮਨਾਇਆ ਗਿਆ ਸੀ ਗੁਰੂ ਗੋਬਿੰਦ ਸਿੰਘ ਦਾ ਦਿਹਾੜਾ ਅਤੇ ਜੇ ਅੱਜ ਗੱਲ ਕਰੀਏ ਪੰਜਾਬ ਸਰਕਾਰ ਨੇ ਵੀ ਸ਼ਾਇਦ ਨਿਤਿਸ਼ ਕੁਮਾਰ ਜੀ ਕੋਲ ਸਿੱਖ ਕੇ ਲਾ ਲਓ ਕਿਉਂਕਿ ਟੈਂਟ ਸਿਟੀ ਪੰਜਾਬ ਦੇ ਵਿੱਚ ਪਹਿਲੀ ਵਾਰ ਵੇਖੀ ਗਈ ਆ ਨਿਤਿਸ਼ ਕੁਮਾਰ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਸੀ ਸਾਡਾ ਪੂਰਾ ਹੀਰੋ ਹੈ ਨਿਤਿਸ਼ ਕੁਮਾਰ ਜ਼ਿੰਦਾਬਾਦ ਸਾਡਾ ਹੀਰੋ ਨਿਤਿਸ਼ ਕੁਮਾਰ ਜੋ ਉਹਨਾਂ ਨੇ ਔਰ ਇੱਥੇ ਵੀ ਜੋ ਉਹਨਾਂ ਨੇ ਕੀਤਾ ਬਹੁਤ ਸੁੰਦਰ ਕੀਤਾ ਬਹੁਤ ਅੱਛਾ ਕੀਤਾ ਇਸ ਸਰਕਾਰ ਨੇ ਬਹੁਤ ਵਧੀਆ ਧੰਨਵਾਦ ਜੀ ਪਟਨਾ ਸਾਹਿਬ ਦੀ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਵੈਲਕਮ ਕਰਦੇ ਹਾਂ ਤੁਹਾਡਾ ਇੱਥੇ ਪਹੁੰਚਣ 'ਤੇ ਥੈਂਕ ਯੂ ਜਸਮੀਤ ਕੌਰ ਪਟਨਾ ਸਾਹਿਬ ਤੋਂ ਬਹੁਤ ਵਧੀਆ ਪੇਮੈਂਟ ਇੱਥੇ ਦਾ ਬਹੁਤ ਵਧੀਆ ਲੱਗਦਾ ਹਾਂਜੀ ਧੰਨਵਾਦ ਜੀ ਸਾਡੇ ਨਾਲ ਕੁਛ ਵੀਰ ਹੋਰ ਵੀ ਜੁੜ ਚੁੱਕੇ ਆ ਕੀ ਕਹਿਣਾ
ਪੁੱਛਣਾ ਚਾਹੋਗੇ? ਹਾਂਜੀ ਜੀ, ਮੈਂ ਭੋਪੁਰ ਤੋਂ ਆਇਆ ਜੀ। ਇਹ ਸਾਡੀ ਸਰਕਾਰ ਪੰਜਾਬ ਸਰਕਾਰ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ। ਇੱਦਾਂ ਦਾ ਵੱਡਾ ਪ੍ਰੋਗਰਾਮ ਸਨ 1699 ਈਸਵੀ ਨੂੰ ਵਿਸਾਖੀ ਵਾਲੇ ਆਨੰਦਪੁਰ ਸਾਹਿਬ ਵਿਖੇ ਹੋਇਆ ਸੀ। ਬਹੁਤ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਪੰਥ ਸਾਜਿਆ ਸੀ, ਉਦੋਂ ਇੰਨਾ ਵੱਡਾ ਇਕੱਠ ਹੋਇਆ ਸੀ। ਉਦੋਂ ਸਾਡੇ ਕੋਲ ਗੱਡੀਆਂ ਮੋਟਰਾਂ ਕਾਰਾਂ ਹੁੰਦੀਆਂ ਸੀ। ਅੱਜ ਮੈਂ ਪੰਜਾਬ ਸਰਕਾਰ ਦਾ, ਕੈਪਟਨ ਸਾਹਿਬ ਦਾ, ਪੂਰਾ ਤੁਹਾਡਾ ਵੀ, ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦਾ। ਇਹ ਧੰਨਗੁਰ ਨਾਨਕ ਸਾਹਿਬ ਜੀ ਐਡਾ ਵੱਡਾ ਗੁਰਪੁਰਬ ਮਨਾਇਆ, ਇੱਦਾਂ ਦਾ ਪ੍ਰੋਗਰਾਮ ਕਿਤੇ ਪੂਰੇ ਵਰਲਡ ਵਿੱਚ ਨਹੀਂ ਕੋਈ ਮਨਾ ਸਕਦਾ, ਅਤੇ ਨਾ ਹੀ ਕੋਈ ਮਨਾ ਸਕਦਾ, ਕਹਿੰਦੇ ਨਹੀਂ ਕੁਛ ਨਹੀਂ ਹੈ। ਇਹ ਕੈਪਟਨ ਸਾਹਿਬ ਦਾ ਦੁਨੀਆ ਭਰ ਦੀ ਜੇ ਵੀਰ ਜੀ ਗੱਲ ਕਰਦੇ ਹਾਂ, ਅਤੇ ਪਿੰਡ ਪੱਧਰ 'ਤੇ ਮਨਾਏ ਜਾ ਰਹੇ ਆ ਗੁਰੂ ਸਾਹਿਬ ਦੇ ਦਿਹਾੜੇ, ਜੇ ਵਿਸ਼ਵ ਪੱਧਰ ਦੀ ਗੱਲ ਕਰਦੇ ਹਾਂ, ਅਤੇ ਭਾਵੇਂ ਉਸ ਵਿਦੇਸ਼ਾਂ ਦੀਆਂ ਸੰਗਤਾਂ ਬੈਠੀਆਂ ਹੈਗੀਆਂ ਵਾ, ਜੇ ਪਾਕਿਸਤਾਨ ਸਰਕਾਰ ਵੱਲੋਂ ਬੜਾ ਵੱਡਾ ਪਹਿਲਕਦਮੀ ਕੀਤੀ ਗਈ, ਵੱਡੀ ਪਹਿਲਕਦਮੀ ਜਿਹਦੇ ਵਿੱਚ ਕਰਤਾਰਪੁਰ ਦਾ ਰਸਤਾ ਖੁੱਲ੍ਹ ਚੁੱਕਾ ਵਾ, ਗੁਰੂ ਨਾਨਕ ਜੀ ਦੇ 550 ਸਾਲਾਂ ਦੇ, ਇੱਕ ਵੱਡੀ ਖੁਸ਼ੀ ਮਿਲੀ ਆ ਸਿੱਖਾਂ ਨੂੰ ਕਿ ਦੋਵਾਂ ਸਰਕਾਰਾਂ ਨੂੰ ਮਿਲਾ ਦਿੱਤਾ ਇੱਕਦਮ ਪਿਆਰ ਦਾ ਸੁਨੇਹਾ। ਜਿੱਥੇ ਕਿ ਲਾਸ਼ਾਂ ਵਿਛਣ ਦੀ ਗੱਲ ਹੁੰਦੀ ਸੀ, ਜੇ ਕਰਤਾ ਸਰਹੱਦਾਂ ਦੀ ਗੱਲ ਕਰਦੇ ਸੀ, ਤਾਂ ਉੱਥੇ ਕਿਤੇ ਗੋਲੀਆਂ ਦੀਆਂ ਬਰਸਾਤਾਂ ਹੁੰਦੀਆਂ ਸੀ, ਅੱਜ ਪਿਆਰ ਦੇ ਸੁਨੇਹੇ ਲੈ ਕੇ। ਹਾਂਜੀ ਹਾਂਜੀ, ਸਾਡਾ ਈਰਖਾ ਦਾ, ਵੈਰ ਦਾ, ਵਿਰੋਧ ਪਾਕਿਸਤਾਨ ਨਾਲ ਖਤਮ ਹੋ ਗਿਆ ਜੀ, ਭਾਈਚਾਰਾ ਬਣ ਗਿਆ। ਅਸੀਂ ਹੁਣ ਗਾਂ ਸੋਝੀ ਕਰੀਏ, ਪਿਆਰ ਨਾਲ ਰਵਾਂਗੇ, ਸਰਕਾਰ ਨਾਲ ਰਵਾਂਗੇ, ਧੰਨ ਗੁਰੂ ਨਾਨਕ ਸਾਹਿਬ ਇਸ ਤਰ੍ਹਾਂ ਹੀ ਸਾਨੂੰ ਸੋਨਾ ਦੇ ਦੋਨਾਂ ਦੇਸ਼ਾਂ ਨੂੰ ਪਿਆਰ ਦੇ ਨਾਲ ਰਹਿਣ ਦੀ ਆਸ਼ੀਰਵਾਦ ਦੇਵੇ। ਬਹੁਤ ਸਾਰੇ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ, ਆਪ ਜੀ ਨੂੰ ਵੀ, ਸਰਕਾਰ ਨੂੰ ਵੀ, ਜਿੰਨੀ ਵੀ ਸੰਗਤ ਬਾਹਰੋਂ ਦੂਰ ਦਾੜੇ ਦੇਸ਼ਾਂ ਪੂਰੇ ਵੱਟਦੀ ਆਈ ਆ, ਉਹਨਾਂ ਨੂੰ 550 ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ, ਧੰਨ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੀਆਂ ਜੀ, ਬਹੁਤ ਬਹੁਤ ਖੁਸ਼ੀਆਂ ਇਹ ਸੰਗਤ। ਇੱਥੇ ਸਾਡੇ ਨਾਲ ਕੁਝ ਨੌਜਵਾਨ ਵੀ ਜੁੜ ਚੁੱਕੇ ਆ, 550 ਸਾਲਾਂ ਆਪਾਂ ਵੇਖ ਰਹੇ ਹੈਗੇ ਹਾਂ, 600 ਸਾਲਾਂ ਆਉਣ ਵਾਲੇ ਸਮੇਂ ਦਾ ਕੁਛ ਪਤਾ ਨਹੀਂ ਹੈਗਾ, ਕਿਉਂਕਿ ਮਾਨਸ ਜਨਮ ਦਾ ਪਤਾ ਨਹੀਂ ਹੈਗਾ, ਆਪਾਂ ਨੂੰ ਕੁਛ ਸਾਹ ਲੈਣੇ ਆਉਣ ਵਾਲੇ ਸਮੇਂ ਦੇ ਵਿੱਚ ਲੈਣੇ ਆ ਜਾਂ ਨਹੀਂ ਲੈਣੇ, ਪਰ ਗੁਰੂ ਮਾਲਕ ਕਿਰਪਾ ਕਰੇ ਤੁਸੀਂ 600 ਸਾਲਾਂ ਵੇਖੋ, ਕਿਵੇਂ ਦਾ ਮਹਿਸੂਸ ਕਰ ਰਹੇ ਆ 550 ਸਾਲਾਂ ਤੁਹਾਡੀ ਜ਼ਿੰਦਗੀ 'ਚ ਪਹਿਲੀ ਵਾਰੀ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੀ ਸੰਗਤ ਦਾ, IGPC ਦਾ, ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਆ। ਬਹੁਤ ਵਧੀਆ ਉਪਰਾਲਾ ਕੀਤਾ, ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਈ। ਬਸ ਮੇਰੀ ਇੱਕੋ ਹੀ ਹੱਥ ਜੋੜ ਕੇ ਬੇਨਤੀ ਆ, ਕਿਉਂਕਿ ਗੁਰਪੁਰਬ ਵੀ ਆਉਂਦੇ ਰਹਿਣਗੇ, 300 ਸਾਲਾਂ, 400 ਸਾਲਾਂ, 500 ਸਾਲਾਂ, 600 ਸਾਲਾਂ ਆਉਂਦੇ ਹੀ ਰਹਿਣੇ ਆ ਅਤੇ ਮਨਾਉਂਦੇ ਰਹਿਣੇ। ਮੈਨੂੰ ਇੱਕੋ ਹੀ ਬਸ ਰੋਸ ਹੈ IGPC 'ਤੇ, ਮੈਨੂੰ ਕੋਈ ਉਹਨਾਂ 'ਤੇ ਵੈਰ ਨਹੀਂ, ਕੋਈ IGPC ਸ਼੍ਰੋਮਣੀ ਕਮੇਟੀ 'ਤੇ। IGPC ਦਾ ਮਤਲਬ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੇਰਾ ਕੋਈ ਉਹਨਾਂ ਨਾਲ ਨਿੱਜੀ ਵੈਰ ਨਹੀਂ ਹੈਗਾ। ਮੈਂ ਮੱਥਾ ਟੇਕਣ ਗਿਆ ਅੰਦਰ ਬੇਰ ਸਾਹਿਬ ਗੁਰਦੁਆਰੇ, ਉੱਥੇ ਕੋਈ IGPC ਦਾ ਕੋਈ ਕੰਟਰੋਲ ਨਹੀਂ, ਇੱਕ ਵੀ ਮੁਲਾਜ਼ਮ ਉਹਨਾਂ ਦਾ ਨਹੀਂ ਲੱਗਾ। ਮਤਲਬ ਕਿ ਜਿਹੜਾ ਕਿ ਵਾਸ ਲਾ ਦੇ ਉੱਥੇ, ਅੰਨੇ ਧੱਕੇ ਪਏ, ਸਿਰਫ ਇਹਨਾਂ ਨੇ ਗੋਲਕਾਂ ਲੱਗੇ ਬੰਦੇ ਖਿਲਾਰੇ ਹੋਏ ਆਪਣੇ, ਠੀਕ ਆ ਜੀ। ਕੋਈ ਇੰਨਾ ਧੱਕਾ ਪੈਣ ਦਿਆ, ਜਨਾਨੀਆਂ ਦਾ ਬੁਰਾ ਹਾਲ ਹੋ ਗਿਆ, ਬੰਦਿਆਂ ਦਾ ਬੁਰਾ ਹਾਲ ਹੋ ਗਿਆ, ਕਿਸੇ ਦੀ ਧੋਣ 'ਤੇ ਮਲਕੇ ਦਾ ਵੱਲ ਪੈ ਗਿਆ, ਕਿਹਦੀ ਲੱਤ 'ਤੇ ਫ੍ਰੈਕਚਰ ਹੋ ਗਿਆ, ਕਿਸੇ ਦਾ ਕੁਛ ਹੋ ਗਿਆ, ਕਿਸੇ ਦਾ ਕੁਛ ਹੋ ਗਿਆ। ਮੈਂ ਇਹ ਨਹੀਂ ਕਹਿੰਦਾ ਆਹ ਪੰਡਾਲ ਬਣਾਏ ਆ, ਲਾਓ ਪੰਡਾਲ ਭਾਵੇਂ ਅਰਬਾਂ ਰੁਪਏ ਖਰਚੋ, ਜਿੰਨੇ ਮਰਜ਼ੀ ਖਰਚੋ, ਮਗਰ ਕੋਈ ਉਹਦਾ ਵੀ ਕੰਟਰੋਲ ਕਰਨਾ ਚਾਹੀਦਾ ਵਾ। ਆਹ ਬਾਬਾ ਜੀ ਨੇ ਲੰਗਰ ਲਾਇਆ, ਕੋਈ ਧੱਕਾ ਨਹੀਂ ਵੱਜਣ ਦਿਆ, ਜਾ ਕੇ ਤੁਸੀਂ ਬਾਈਟ ਲੈ ਸਕਦੇ ਜੇ, ਉੱਥੇ ਜਾ ਕੇ ਬਾਈਟ ਲਓ, ਵੇਖੋ ਜਾ ਕੇ ਕੀ ਬਣਨ ਦਿਆ ਅਜੇ ਤੱਕ ਵੀ। ਇਹਦੇ ਬਾਰੇ ਤੁਸੀਂ ਫਤਿਹਗੜ੍ਹ ਸਾਹਿਬ ਸਰਹੰਦ ਚੱਲ ਜਿਓ, ਉੱਥੇ ਵੀ ਉਹਨਾਂ ਨੇ ਧੱਕੇ ਮਾਣੇ, ਹੋਲੇ ਮਹੱਲੇ 'ਤੇ ਤੁਸੀਂ ਵੇਖ ਲਿਓ ਧੱਕੇ ਵੱਜਣਗੇ। ਕੋਈ ਬੰਦਾ ਉੱਥੇ ਇੱਕ ਵੀ ਨਹੀਂ ਵਾਸ ਵਾਲਾ ਹੈਗਾ। ਸੰਗਤਾਂ ਨੇ ਕਿਹਾ ਭਾਈ ਵਾਸ ਲਾ ਦਿਓ, ਵਾਸ ਲਾ ਦਿਓ, ਜੇ ਤੁਹਾਨੂੰ ਮੇਰੇ 'ਤੇ ਨਹੀਂ ਯਕੀਨ, ਤਾਂ ਜੇ ਕੋਈ ਲਾਗੇ ਚਾ ਕੇ ਵੇਖ ਕੇ ਆਇਆ ਹੈ ਉਹਦੇ 'ਤੇ ਯਕੀਨ ਕਰ ਲਓ, ਅਤੇ ਜਾਂ ਮੇਰੇ 'ਤੇ ਯਕੀਨ ਕਰ ਲਓ। ਇਹ ਜਿਹੜੀ ਮੈਂ ਬਾਈਟ ਬੋਲੀ ਆ, ਵਾਹਿਗੁਰੂ ਜੀ ਇਹਨੂੰ ਕੱਟਿਓ ਨਾ, ਇਹ ਸਾਰੀ ਆਲ ਵਰਲਡ 'ਚ ਤੁਸੀਂ ਪਹੁੰਚਾਉਣੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ IGPC ਦੇ ਉਪਰਾਲਿਆਂ ਦੀ ਗੱਲ ਕੀਤੀ ਗਈ ਆ, ਜੇ ਪੰਜਾਬ ਸਰਕਾਰ ਦੇ ਉਪਰਾਲਿਆਂ ਦੀ ਗੱਲ ਕੀਤੀ ਆ, ਕਿਤੇ ਨਾ ਕਿਤੇ ਛੋਟੀਆਂ ਮੋਟੀਆਂ ਕਮੀਆਂ ਪਾਈਆਂ ਜਾ ਰਹੀਆਂ, ਉਹ ਕਮੀਆਂ ਜਿਹੜੀਆਂ ਹੈਗੀਆਂ ਵੀਰ ਨੇ ਜਗ ਜਾਹਰ ਕੀਤੀਆਂ ਹੈਗੀਆਂ। ਸਾਡੇ ਨਾਲ ਹੋਰ ਵੀ ਵੀਰ ਜੁੜੇ ਹੈਗੇ, ਕੀ ਸ਼ੁਭਨਾ ਵੀਰ? ਕੋਈ ਪ੍ਰਬੰਧ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪ੍ਰਗਟ ਸਿੰਘ ਬਨਵਾਲੀਪੁਰ ਜ਼ਿਲ੍ਹਾ ਤਰਨਤਾਰਨ ਤੋਂ ਹਾਂ। ਗੁਰੂ ਮਹਾਰਾਜ ਦੇ ਗੁਰਪੁਰਬ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਦੇ ਸੰਗਤਾਂ ਦਾ ਹਾਸ ਸਮੁੰਦਰ ਬਹੁਤ ਜ਼ਿਆਦਾ, ਜਿਹੜੇ ਇੰਤਜ਼ਾਮ ਨੇ ਉਹ ਬਹੁਤ ਛੋਟੇ ਪੈ ਗਏ ਨੇ। ਸੰਗਤਾਂ ਦਾ ਹਾੜ ਆਇਆ, ਕਿਸੇ 'ਤੇ ਵੀ ਰੋਸ ਕਰਨ ਦੀ ਕੋਈ ਲੋੜ ਨਹੀਂ ਆ, ਇਹ ਪ੍ਰੇਮ ਅਤੇ ਪਿਆਰ ਦੀ ਜਿਹੜੀ ਲੀਲਾ ਵਾ। ਬਿਲਕੁਲ ਭਾਈ ਸਾਹਿਬ, ਰੋਕਦਾ ਹੈਗਾ ਤੁਹਾਡੀ ਗੱਲ ਵੀ, ਸਾਨੂੰ ਕਿਤੇ ਨਾ ਕਿਤੇ ਆਪਣੇ ਆਪ 'ਤੇ ਕੰਟਰੋਲ ਚਾਹੀਦਾ, ਇੱਕ ਧੱਕਾ ਮਾਰਨਾ ਆਪਾਂ ਖੜ੍ਹੇ ਹੈਗੇ ਹਾਂ, ਜੇ ਪਿੱਛੋਂ ਕੋਈ ਧੱਕਾ ਮਾਰ ਦੂਗਾ। ਵੀਰ ਦੇ ਬਿਆਨ ਬਿਲਕੁਲ ਸਹੀ ਆ, ਜਿੱਥੇ ਉਹਨਾਂ ਦੀ ਡਿਊਟੀਆਂ ਹੈਗੀਆਂ ਉਹ ਫਰਜ਼ ਪਛਾਣਨੇ ਚਾਹੀਦੇ ਆ, ਪਰ ਕਿਤੇ ਨਾ ਕਿਤੇ ਸਾਨੂੰ ਆਪਣੇ ਵੀ ਫਰਜ਼ ਪਛਾਣਨੇ ਪੈਣਗੇ, ਅਸੀਂ ਕਿਉਂ ਸੰਗਤ ਵਿੱਚ ਇੱਕ ਦਿਨ ਧੱਕਾ ਮਾਰਦੇ ਹਾਂ। ਵੇਖੋ ਜੀ, ਸੰਗਤ ਦੇ ਨਾਲ ਅਤੇ ਪ੍ਰੇਮ ਪਿਆਰ ਨਾਲ ਚੱਲਣਾ, ਜੇ ਕਿਤੇ
ਸੰਗਤ ਇੰਨਾ ਜ਼ਿਆਦਾ ਹੁਣ ਛੋਟੇ ਛੋਟੇ ਬੱਚੇ ਵੀ ਆ ਸੰਗਤਾਂ ਦਾ ਹੜ ਆਇਆ ਪਿਆ ਵਾ ਇੱਥੇ ਕੰਟਰੋਲ ਛੋਟੇ ਪੈ ਗਏ ਨੇ ਸੰਗਤਾਂ ਜਿਹੜੀਆਂ ਸਮੁੰਦਰ ਦੇ ਰੂਪ ਦੇ ਵਿੱਚ ਹੜ ਆਏ ਪਏ ਨੇ ਸੰਗਤਾਂ ਦੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਜਿਹੜੀਆਂ ਅੱਜ ਦੇ ਗੁਰਪੂਰਬ ਗੁਰੂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦਾ ਇਹ 550 ਸਾਲ ਬਾਅਦ ਦੇ ਵਿੱਚ ਜਿਹੜਾ ਹੁਣ ਮੌਕਾ ਮਿਲਿਆ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਕਿਸੇ ਨੂੰ ਬਾਅਦ 'ਚ ਨਵੀਂ ਪੀੜ੍ਹੀ ਨੂੰ ਮਿਲੇਗਾ ਅੱਜ ਦੇ ਮੌਕੇ 'ਤੇ ਪ੍ਰੇਮ ਅਤੇ ਪਿਆਰ ਜਿਹੜਾ ਵਾ ਗੁਰੂ ਮਹਾਰਾਜ ਨੇ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਜੋ ਸਿਖਾਇਆ ਪ੍ਰੇਮ ਅਤੇ ਪਿਆਰ ਕਿਸੇ 'ਤੇ ਰੋਸ ਕਰਨ ਦੀ ਲੋੜ ਨਹੀਂ ਆ ਰੋਸ ਤਾਂ ਕਰੀਏ ਕਿ ਜੇ ਕੰਟਰੋਲ ਜਿਹੜੇ ਆ ਉਹ ਛੋਟੇ ਨੇ ਸੰਗਤਾਂ ਜਿਹੜੀਆਂ ਉਹ ਸਮੁੰਦਰ ਨੇ ਇਸ ਕਰਕੇ ਮੈਂ ਬੇਨਤੀ ਕਰਾਂਗਾ ਕਿ ਸਾਨੂੰ ਸਾਰਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਣਾ ਚਾਹੀਦਾ ਆਪਣੀ ਸੋਚ ਜਿਹੜੀ ਵੱਡੀ ਰੱਖਣੀ ਚਾਹੀਦੀ ਆ ਰੋਸ਼ ਘੱਟ ਕਰਨੇ ਚਾਹੀਦੇ ਨੇ ਅਤੇ ਸਾਨੂੰ ਸੰਗਤਾਂ ਦੇ ਨਾਲ ਪ੍ਰੇਮ ਅਤੇ ਪਿਆਰ ਨਾਲ ਵਿਚਰਨਾ ਚਾਹੀਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਨੇ ਗੱਲ ਕੀਤੀ ਸੀ ਨਾ ਬਜ਼ੁਰਗਾਂ ਨੇ ਜਵਾਬ ਦਿੱਤਾ ਹੈਗਾ ਵਾ ਸ਼ਾਇਦ ਸਾਨੂੰ ਐਸ ਜੀ ਪੀ ਸੀ ਤੱਕ ਵੀ ਪਹੁੰਚਣ ਦੀ ਲੋੜ ਨਹੀਂ ਪਈ ਆਉਣ ਵਾਲੇ ਸਮੇਂ ਦੇ ਵਿੱਚ ਵੇਖਾਂਗੇ ਉਹਨਾਂ ਨਾਲ ਗੱਲਬਾਤ ਕਰਨ ਦੀ ਪਰ ਇੰਤਜ਼ਾਮ ਵੀਰ ਜੀ ਨੇ ਦੱਸਿਆ ਹੈਗਾ ਕਿ ਛੋਟੇ ਪੈ ਚੁੱਕੇ ਆ ਬੇਸ਼ੱਕ ਉੱਥੇ ਰੋਸ ਜ਼ਾਹਰ ਕੀਤਾ ਸੀ ਅਤੇ ਪਰ ਜੇ ਆਪਾਂ ਗੁਰੂ ਸਾਹਿਬ ਦੀਆਂ ਖੁਸ਼ੀਆਂ ਦੀ ਗੱਲ ਕਰਦੇ ਹਾਂ ਅਤੇ ਇੱਥੇ ਵੱਖੋ ਵੱਖਰੇ ਥਾਵਾਂ ਤੋਂ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਵੇਖ ਸਕਦੇ ਹਾਂ ਇਹ ਉਹ ਵੇਈ ਦੇ ਉੱਤੇ ਬਣਿਆ ਹੋਇਆ ਪੋਲ ਆ ਜਿਹੜਾ ਕਿ ਗੁਰਦੁਆਰਾ ਬੇਰ ਸਾਹਿਬ ਨੂੰ ਜੋੜਦਾ ਹੈਗਾ ਵਾ ਉਸ ਵੇਈ ਦੇ ਪੁਲ 'ਤੇ ਆਪਾਂ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਵੇਖ ਸਕਦੇ ਹਾਂ ਪ੍ਰਬੰਧ ਭਾਵੇਂ ਜਿੰਨੇ ਵੱਡੇ ਕੀਤੇ ਹੈਗੇ ਆ ਸਾਰੇ ਛੋਟੇ ਪੈ ਚੁੱਕੇ ਆ ਇਸ ਟਾਈਮ ਦੇ ਉੱਤੇ ਪਿੱਛੇ ਆਪਾਂ ਦੇਖ ਸਕਦੇ ਹੈਗੇ ਕਿ ਜਿਹੜਾ ਮੁੱਖ ਗੁਰਦੁਆਰਾ ਸਾਹਿਬ ਬੇਰ ਸਾਹਿਬ ਇੱਥੇ ਨਤਮਸਤਕ ਹੁਣ ਸੰਗਤ ਪਹੁੰਚ ਰਹੀ ਹੈ ਉਸ ਗੁਰਦੁਆਰਾ ਸਾਹਿਬ ਬਿਲਕੁਲ ਬਾਹਰ ਹੈਗੇ ਆ ਅਤੇ ਇੱਕ ਛੋਟੇ ਬੱਚਿਆਂ ਦੀ ਆਵਾਜ਼ ਪਿੱਛੋਂ ਮਾਰੀ ਅਤੇ ਪੁੱਛਿਆ ਗਿਆ ਕਿ ਤੁਸੀਂ ਮੀਡੀਆ ਵਾਲੇ ਆ ਉਹ ਬੱਚਿਆਂ ਨੇ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਇੱਕ ਪ੍ਰਣ ਲਿਆ ਹੈਗਾ ਵਾ ਉਹਨਾਂ ਬੱਚਿਆਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਪ੍ਰਣ ਕਾਹਦਾ ਲਿਆ ਸੀ ਉਹ ਉਹਨਾਂ ਦੇ ਮੁੱਖੋਂ ਹੀ ਸੁਣਦੇ ਹੈਗੇ ਆ ਪਹਿਲਾਂ ਜਿਹਨਾਂ ਛੋਟੇ ਛੋਟੇ ਬੱਚਿਆਂ ਨੇ ਆਵਾਜ਼ ਮਾਰੀ ਸੀ ਕਿ ਤੁਸੀਂ ਮੀਡੀਆ ਵਾਲੇ ਆ ਅਸੀਂ ਕੋਈ ਗੱਲ ਕਰਨੀ ਚਾਹੁੰਦੇ ਹਾਂ ਆਪਾਂ ਨਾਲ ਦੋਵਾਂ ਵੀਰਾਂ ਦੇ ਨਾਮ ਪੁੱਛਦੇ ਹਾਂ ਕੀ ਸ਼ੁਭ ਨਾਮ ਮੇਰਾ ਨਾਮ ਮਨਪ੍ਰੀਤ ਸਿੰਘ ਗੁਰਪ੍ਰਤਾਪ ਸਿੰਘ ਜੀ ਮਨਪ੍ਰੀਤ ਅਤੇ ਗੁਰਪ੍ਰਤਾਪ ਮਨਪ੍ਰੀਤ ਗੁਰਪ੍ਰਤਾਪ ਵੈਸੇ ਤੁਸੀਂ ਕੇਸ ਕੱਟੇ ਆ ਪਰ ਅੱਜ ਤੁਸੀਂ ਪਟਕੇ ਵੱਧੇ ਆ ਕਿਉਂ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਤੁਸੀਂ ਕੇਸ 'ਤੇ ਆਪਣੇ ਦਾੜੇ ਨਹੀਂ ਕਟਾਉਣੇ ਕਿਹਨਾਂ ਨੇ ਕਿਹਾ ਤੁਹਾਨੂੰ ਇਹ ਮੈਨੂੰ ਨਹੀਂ ਪਤਾ ਇਹਨੂੰ ਪਤਾ ਹੈ ਉੱਧਰ ਪਾਪਾ ਜੀ ਹੈਗੇ ਉਹਨਾਂ ਨੇ ਆਵਾਜ਼ ਮਾਰ ਕੇ ਕਿੰਨੇ ਪਾਪਾ ਜੀ ਨੇ ਕਿੱਥੇ ਸੀ ਉਹ ਹਜ਼ੂਰ ਸਾਹਿਬ ਵਾਲੇ ਲੰਗਰ 'ਚ ਆਈ ਅੱਛਾ ਅੱਛਾ ਅਤੇ ਉਹਨਾਂ ਕੀ ਕਿਹਾ ਕੀ ਫੈਸਲਾ ਲਿਆ ਤੁਸੀਂ ਫਿਰ ਉਸ ਤੋਂ ਬਾਅਦ ਦੇ ਵਿੱਚ ਅਸੀਂ ਕਿਹਾ ਜੀ ਅਸੀਂ ਰੱਖਣੀ ਹੈ ਸਿੱਖੀ ਅਸੀਂ ਬਾਬੇ ਨਾਨਕ ਦੇ ਲੜ ਲੱਗਣਾ ਪੱਕੀ ਗੱਲ ਆ ਕਿ ਅੱਜ ਤੁਸੀਂ ਪ੍ਰਣ ਲੈਂਦੇ ਹੋ ਕਿੰਨੀ ਉਮਰ ਆ ਤੁਹਾਡੀ 15 ਸਾਲ ਜੀ ਤੁਸੀਂ ਮੇਰੀ 13 ਸਾਲ 13 ਸਾਲ ਆ 13 ਸਾਲ ਦੇ 15 ਸਾਲ ਦੇ ਨੌਜਵਾਨੀ ਦੇ ਵਿੱਚ ਤੁਸੀਂ ਪੈਰ ਰੱਖਣ ਜਾ ਰਹੇ ਹੋ ਇੱਕ ਪ੍ਰਣ ਲੈ ਰਹੇ ਹੋ ਸੰਗਤ ਦੇ ਸਾਹਮਣੇ ਤੁਸੀਂ ਨਿਭਾਓਗੇ ਤੁਸੀਂ ਹਾਂਜੀ ਪੱਕੀ ਗੱਲ ਹਾਂਜੀ ਤੁਸੀਂ ਹਾਂਜੀ ਤੁਸੀਂ ਉਸ ਪਵਿੱਤਰ ਧਰਤੀ 'ਤੇ ਹੋ ਜਿੱਥੇ ਬਾਬੇ ਨਾਨਕ ਨੇ 13-13 ਤੋਲੀਆਂ ਸੀ ਉੱਥੇ ਇੱਕ ਵੱਡਾ ਪ੍ਰਣ ਲੈਣ ਜਾ ਰਹੇ ਹੋ ਕਿ ਅਸੀਂ ਅੱਜ ਤੋਂ ਬਾਅਦ ਕੇਸ ਨਹੀਂ ਕਟਾਉਣੇ ਅਤੇ ਦਾੜੀ ਰੱਖਣੀ ਹੈਗੀ ਆ ਕੇਸਾਂ ਦੀ ਸੰਭਾਲ ਕਰਨੀ ਆ ਪੂਰੀ ਦੁਨੀਆ ਭਰ ਦੇ ਵਿੱਚ ਵੀ ਤੁਹਾਨੂੰ ਦੇਖਿਆ ਜਾ ਰਿਹਾ ਆਉਣ ਵਾਲੇ ਸਮੇਂ 'ਤੇ ਜੇ ਮੇਲ ਮਿਲਾਪ ਹੋਇਆ ਤਾਂ ਦਸਤਾਰਾਂ ਦੇ ਵਿੱਚ ਹੀ ਮਿਲੋਗੇ ਸਾਨੂੰ ਫਿਰ ਤੁਸੀਂ ਜੀ ਕੀ ਗੱਲ ਹਾਂਜੀ ਕਿਹੜਾ ਪਿੰਡ ਤੁਹਾਡਾ ਅਸੀਂ ਲੋਕਲ ਹੀ ਹਾਂ ਜੀ ਇੱਥੇ ਲੋਕਲ ਤੁਹਾਡਾ ਮੈਂ ਜਲੰਧਰ ਤੋਂ ਜਲੰਧਰ ਤੋਂ ਦੋਸਤਾਂ ਤੋਂ ਮਾਸੀ ਦਾ ਮੁੰਡਾ ਜੀ ਤੁਸੀਂ ਕਹੋ ਇੱਕ ਵੱਡਾ ਪ੍ਰਣ ਮੈਂ ਦੁਬਾਰਾ ਤੁਹਾਡੇ ਨਾਲ ਗੱਲ ਕਰਾਂ ਬੇਟਾ ਤੁਸੀਂ ਇੱਕ ਵੱਡਾ ਪ੍ਰਣ ਲਿਆ ਵਾ ਵਾਹਿਗੁਰੂ ਕਿਰਪਾ ਰੱਖੇ ਕਿ ਅੱਜ ਜੇ ਆਪਾਂ ਸਰਹੱਦਾਂ ਖੁੱਲ੍ਹੀਆਂ ਸਾਡੇ ਵਾਸਤੇ ਜੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਦਾਰੇ ਹੋਣੇ ਆ ਤੁਸੀਂ ਵੀ ਅੱਜ ਤੋਂ ਬਾਅਦ 'ਚ ਕੇਸ ਨਹੀਂ ਕਟਾਉਣੇ ਇਹ ਤੁਹਾਡਾ ਪ੍ਰਣ ਹੈਗਾ ਹਾਂਜੀ ਹਾਂਜੀ ਇਹੀ ਪ੍ਰਣ ਕੀ ਕਹਿਣਾ ਚਾਹੋਗੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਤੁਸੀਂ ਇਸ ਧਰਤੀ ਤੋਂ ਮਨਾਉਣ ਵਾਸਤੇ ਆਏ ਹੈਗੇ ਆ ਦਰਸ਼ਨ ਦਿਦਾਰੇ ਵੀ ਗੁਰੂ ਸਾਹਿਬ ਦੇ ਕੀਤੇ ਹੈਗੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਤੁਸੀਂ ਮੱਥਾ ਤਾਂ ਨਹੀਂ ਟੇਕ ਹੋਇਆ ਮਤਲਬ ਰਸ਼ ਬਹੁਤ ਸੀ ਜਾਓਗੇ ਜੀ ਹਾਂਜੀ ਫਿਰ ਗੁਰੂ ਸਾਹਿਬ ਦੀ ਹਜ਼ੂਰੀ 'ਚ ਵੀ ਪ੍ਰਣ ਲਓਗੇ ਹਾਂਜੀ 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 ਅੱਜ ਪ੍ਰਣ ਲਿੱਤਾ ਸੀ ਇਹ ਛੋਟੇ ਛੋਟੇ ਬੱਚੇ ਜਿਹਨਾਂ ਕਿ ਇੱਥੇ ਇੱਕ ਪ੍ਰਣ ਲਿਆ ਹੈਗਾ ਵਾ ਕਿ ਬਾਬੇ ਹਜ਼ੂਰ ਸਾਹਿਬ ਲੰਗਰ ਸਾਹਿਬ ਵਾਲੇ ਜਿਹਦੇ ਲਾਗੇ ਦਸਤਾਰਾਂ ਸਜਾਈਆਂ ਜਾ ਰਹੀਆਂ ਵਾ ਉਹ ਦਸਤਾਰਾਂ ਵਾਲੇ ਕੈਂਪ ਦੇ ਵਿੱਚ ਪਹੁੰਚੇ ਸੀ ਬੱਚਿਆਂ ਨੂੰ ਦਸਤਾਰਾਂ ਸਜਾਈਆਂ ਗਈਆਂ ਅਤੇ ਉੱਥੋਂ ਹੀ ਉਹਨਾਂ ਨੇ ਜਦੋਂ ਵੀਰਾਂ ਨੇ ਇਹਨਾਂ ਨਾਲ ਗੱਲਬਾਤ ਕੀਤੀ ਬਾਬੇ ਨੇ ਗੱਲਬਾਤ ਕੀਤੀ ਅਤੇ ਉਸ ਜਗ੍ਹਾ ਦੇ ਉੱਤੇ ਇਹਨਾਂ ਛੋਟੇ ਛੋਟੇ ਬੱਚਿਆਂ ਨੇ ਇੱਕ ਪ੍ਰਣ ਲਿਆ ਹੈਗਾ 13-15 ਸਾਲ ਦੀ ਉਮਰ ਦੇ ਇਹ ਨੌਜਵਾਨ ਜਿਹੜੇ ਹੈਗੇ ਆ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਕਿਹਾ ਕਿ ਅਸੀਂ ਕੇਸ ਨਹੀਂ ਕਟਾਵਾਂਗੇ ਅਤੇ ਗੁਰੂ ਦੇ ਰਲ ਲੱਗਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵਾਹਿਗੁਰੂ ਤਰੱਕੀਆਂ ਬਖਸ਼ੇ ਤੁਹਾਨੂੰ
ਮੈਨੂੰ ਤੇ ਜਿਹੜਾ ਅੱਜ ਤੁਸੀਂ ਪ੍ਰਣ ਲਿਆ ਵਾ ਗੁਰੂ ਦੀ ਨਗਰੀ ਤੋਂ ਅੱਜ ਜਿਹੜੀ ਜਗ੍ਹਾ ਦੇ ਉੱਤੇ 550 ਸਾਲਾਂ ਮਨਾਇਆ ਜਾ ਰਿਹਾ ਇਸ ਪ੍ਰਣ ਦੇ ਉੱਤੇ ਤੁਸੀਂ ਖਰੇ ਉਤਰੋ ਵਾਹਿਗੁਰੂ ਕਿਰਪਾ ਕਰੇ ਅਕਾਲ ਚੈਨਲ ਵੀ ਅਰਦਾਸ ਬੇਨਤੀ ਕਰਦਾ ਕਿ ਤੁਹਾਡਾ ਜਿਹੜਾ ਪ੍ਰਣ ਆ ਨਾਲ ਨਿਭੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਦਰਸ਼ਨ ਦਿਦਾਰਿਆਂ ਦੀ ਜੇ ਗੱਲ ਕਰਾਂਗੇ ਕਰਤਾਰਪੁਰ ਜਾਣਾ ਚਾਹੋਗੇ ਪਾਕਿਸਤਾਨ ਦੇ ਵਿੱਚ ਜੀ ਜੀ ਕਰਦਾ ਉਧਰ ਜਾਣ ਨੂੰ ਹਾਂਜੀ ਹੁਣ ਲਾਂਘਾ ਖੁੱਲ ਚੁੱਕਾ ਵਾ ਕਿੰਨੀ ਖੁਸ਼ੀ ਹੁੰਦੀ ਬਹੁਤ ਵਧੀਆ ਜੀ ਵਧੀਆ ਲੱਗਦਾ ਹਾਂਜੀ ਜੀ ਕਰਦਾ ਕਿ ਪਾਕਿਸਤਾਨ ਵਾਲੇ ਗੁਰਧਾਮ ਦੇਖਿਆ ਜਾਣ ਜਾਣ ਜੀ ਜਦੋਂ ਜਾਓਗੇ ਫਿਰ ਦਸਤਾਰ ਸਜਾ ਕੇ ਜਾਓਗੇ ਹਾਂਜੀ ਤੁਸੀਂ ਹਾਂਜੀ ਕੇਸ ਰੱਖਾਂਗੇ ਪੂਰੇ ਕੇਸ ਰੱਖ ਕੇ ਦਸਤਾਰ ਸਜਾ ਕੇ ਪਾਕਿਸਤਾਨ ਜਾਓਗੇ ਫਿਰ ਹਾਂਜੀ ਬਿਲਕੁਲ ਜੀ ਇੱਕ ਪ੍ਰਣ ਜ਼ਰੂਰ ਲਿਆ ਹੈਗਾ ਬੱਚਿਆਂ ਨੇ ਅਤੇ ਜਿਹੜਾ ਗੁਰਧਾਮਾਂ ਦੇ ਦਰਸ਼ਨ ਦਾਰੇ ਕਰਨ ਜਾਣਾ ਹੈਗਾ ਵਾ ਅਤੇ ਕਹਿ ਰਹੇ ਹੈਗੇ ਕਿ ਕੇਸ ਰੱਖੇ ਹੈਗੇ ਆ ਦਸਤਾਰਾਂ ਸਜਾਇਆ ਕਰਨਗੇ ਇਸ ਗੁਰੂ ਨਗਰੀ ਤੋਂ ਜਿਹੜਾ ਪ੍ਰਣ ਹੈਗਾ ਵਾ ਇਹਨਾਂ ਵੀਰਾਂ ਦਾ ਨਿਭ ਜਾਵੇ ਵਾਹਿਗੁਰੂ ਕਿਰਪਾ ਰੱਖੇ ਇਹਨਾਂ ਬੱਚਿਆਂ ਦੇ ਉੱਤੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪਤਿਤ ਹੋਏ ਬੱਚੇ ਆ ਉਹ ਵੀ ਗੁਰੂ ਸਾਹਿਬ ਦੇ ਲੜ ਲੱਗਣ